ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਮਿੰਟੂ ਗੁਰਸਰੀਆ ਜੀ, ਇਸ ਟਾਈਮ ਆਪਣੇ ਨਾਲ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਰ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, ਅਤੇ ਜੀਅਨ ਟਾਇਰ ਐਂਡ ਲੂਪ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਦੇ ਕੋਲੋਂ ਖਰੀਦ ਸਕਦੇ ਹੋ। ਇੱਦਾਂ ਦੀਆਂ ਦੋ ਲੋਕੇਸ਼ਨਸ ਹਨ, ਸੈਂਟਾ ਨੈਲਾ ਵਿੱਚ ਅਤੇ ਮਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਕਰੋ ਨਿੰਮਾ ਸਹੋਤਾ ਹੁਣਾਂ ਨੂੰ 209-270-1013 ਦੇ ਉੱਤੇ। ਅਤੇ ਮਿੰਟੂ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ, ਖਬਰਾਂ ਉੱਤੇ ਨਜ਼ਰ ਬਣਾਉਂਦੇ ਹਾਂ। ਸਭ ਤੋਂ ਪਹਿਲੀ ਜੇ ਖਬਰ ਦੇ ਉੱਤੇ ਨਜ਼ਰ ਮਾਰੀਏ ਵੀ ਯੂਪੀ ਉਪ ਚੋਣਾਂ ਵਿੱਚ ਕਹਿੰਦੇ ਰਗੜੀ ਗਈ ਭਾਜਪਾ। ਯੋਗੀ ਸਾਹਿਬ ਤੇ ਕਹਿੰਦੇ ਹੋਣੇ ਆ ਕਿ ਜਿਵੇਂ ਪਿੱਛੇ ਜੇ ਗਾਵਾਂ ਦਾ ਆਧਾਰ ਕਾਰਡ ਬਣਾਉਣਾ ਸ਼ੁਰੂ ਕੀਤਾ ਸੀ, ਕਾਸ਼ ਵੋਟਰ ਕਾਰਡ ਬਣਾਉਣੇ ਸ਼ੁਰੂ ਕੀਤੇ ਹੁੰਦੇ ਤੇ ਆ ਦਿਨਾਂ ਦੇਖਣੇ ਹੁੰਦੇ। ਬਹੁਤ ਬੁਰੀ ਹੋਈ ਆ ਉੱਥੇ, ਦੋਵੇਂ ਸੀਟਾਂ ਹੀ ਹਾਰ ਗਏ ਆ ਯੂਪੀ ਦੇ ਵਿੱਚ। ਫੂਲਪੁਰ ਸੀਟ ਵੀ ਹਾਰ ਗਏ, ਗੋਰਖਪੁਰ ਸੀਟ ਵੀ ਹਾਰ ਗਏ। ਗੋਰਖਪੁਰ ਤੇ ਇਹਨਾਂ ਦਾ ਗੜ੍ਹ ਸੀਗਾ ਯੋਗੀ ਸਾਹਿਬ ਹੋਰਾਂ ਦਾ, ਕਿਉਂਕਿ ਜਿਹੜੇ ਮੱਠ ਦਾ ਇਹ ਉੱਥੇ ਪ੍ਰਧਾਨਧੀਸ਼ ਆ, ਉਸੇ ਮੱਠ ਦੇ ਅਧੀਨ ਹੀ ਇਹ ਸਾਰੀ ਜਿਹੜੀ ਸੀਟ ਉਹ ਚੋਣ ਲੜਦੀ ਆ। ਇੱਥੇ ਭਾਰਤੀ ਜਨਤਾ ਪਾਰਟੀ ਬੀਤੇ 30 ਸਾਲਾਂ ਤੋਂ ਮੇਰੇ ਖਿਆਲ ਦੇ ਨਾਲ ਨਹੀਂ ਹਾਰੀ। ਆ ਜੇ ਦੇਖੀਏ ਤੇ 5 ਦਫਾ ਤੇ ਲਗਾਤਾਰ ਯੋਗੀ ਸਾਹਿਬ ਹੀ ਉੱਥੇ ਬਣ ਗਏ ਮੈਂਬਰ ਪਾਰਲੀਮੈਂਟ। ਪਰ ਅੱਜ ਜਿਹੜਾ ਨਤੀਜਾ ਆਇਆ ਉਹ ਨਤੀਜਾ ਇਹੋ ਜਿਹਾ ਸੀਗਾ ਕਿ ਦੇਖ ਲਓ 5-7 ਰਾਊਂਡ ਹੋ ਗਏ ਸੀਗੇ, ਗਿਣਤੀ ਹੋਈ ਜਾਂਦੀ ਸੀਗੀ, ਲੋਕਾਂ ਨੂੰ ਪਤਾ ਵੀ ਲੱਗੀ ਜਾਂਦਾ ਸੀਗਾ, ਪਰ ਪਹਿਲੇ ਗੇੜ ਦਾ ਹੀ ਨਤੀਜਾ ਦੱਸ ਕੇ ਜਿਹਦੇ ਚ ਭਾਜਪਾ ਅੱਗੇ ਸੀ 600-1700 ਵੋਟ ਦੇ ਨਾਲ, ਉਹ ਇਹਨਾਂ ਨੇ ਬਾਅਦ ਦੇ ਵਿੱਚ ਨਤੀਜਾ ਦੱਸਣਾ ਹੀ ਬੰਦ ਕਰੀ ਰੱਖਿਆ, ਰੋਕੀ ਰੱਖਿਆ ਬਹੁਤ ਦੇਰ ਤੱਕ। ਇਹਨਾਂ ਨੂੰ ਇਹ ਸੀਗਾ ਕਿ ਸ਼ਾਇਦ ਕੋਈ ਚਮਤਕਾਰ ਹੋ ਜਾਵੇ ਜਦ ਤੱਕ। ਪਰ ਅੱਜ ਵਾਰੀ ਦੂਸਰਿਆਂ ਦੀ ਸੀਗੀ। ਦੂਸਰੇ ਕੌਣ ਸੀ ਕਿ ਤੁਹਾਨੂੰ ਪਤਾ ਹੀ, ਭੂਆ ਭਤੀਜਾ, ਜਿਹਨਾਂ ਨੂੰ ਇਹ ਕਹਿੰਦੇ ਸੀਗੇ ਕਿ ਇਹ ਸਾਫ ਸ਼ੁਸ਼ੰਦਰ ਕੀ ਜੋੜੀ ਆ, ਇਹ ਕੇਰ ਬੇਰ ਕੀ ਜੋੜੀ ਆ। ਕੇਰ ਬੇਰ ਕਹਿੰਦੇ ਆ ਜਿਵੇਂ ਕੇਲਾ ਤੇ ਬੇਰ ਕਹਿੰਦੇ ਨੇੜੇ ਨੇੜੇ ਹੋਣ, ਉਹਨਾਂ ਦੀ ਬਣਦੀ ਨੀ ਨਾ, ਕਿਉਂਕਿ ਬੇਰੀ ਤਿੱਖੀ ਹੁੰਦੀ ਕੰਡਿਆਂ ਵਾਲੀ, ਕੇਲਾ ਜਿਹੜਾ ਉਹ ਮੁਲਾਇਮ ਹੁੰਦਾ। ਇਹ ਕਹਿੰਦੇ ਸੀ ਕੇਰ ਬੇਰ ਦੀ ਜੋੜੀ ਆ, ਇਹ ਸਾਪ ਸ਼ੁਸ਼ੰਦਰ ਦੀ ਜੋੜੀ ਆ। ਪਰ ਉਸ ਜੋੜੀ ਨੇ ਇਹਨਾਂ ਨੂੰ ਰਗੜ ਕੇ ਰੱਖ ਦਿੱਤਾ। ਉਹਨਾਂ ਦੀ ਲੜਾਈ ਜਿਹੜੀ ਸੀਗੀ ਉਹ ਭਾਰਤੀ ਜਨਤਾ ਪਾਰਟੀ ਨਾਲ ਘੱਟ ਸੀ, ਆਪਣੇ ਆਪ ਨਾਲ ਜ਼ਿਆਦਾ ਸੀਗੀ। ਉਹ ਕਹਿੰਦੇ ਹੁੰਦੇ ਨਾ ਕਿ ਜਿਵੇਂ ਹਾਰਨਾ ਤਬ ਅਵਸ਼ਕ ਹੋ ਜਾਤਾ ਹੈ ਜਬ ਲੜਾਈ ਆਪਣੋ ਸੇ ਹੋ, ਔਰ ਜਿੱਤਣਾ ਤਬ ਅਵਸ਼ਕ ਹੋ ਜਾਤਾ ਹੈ ਜਬ ਲੜਾਈ ਆਪਣੇ ਆਪ ਸੇ ਹੋ। ਤਾਂ ਜਦੋਂ ਲੜਾਈ ਆਪਣੇ ਆਪ ਨਾਲ ਹੋਵੇ ਤੇ ਫਿਰ ਜਿੱਤਣਾ ਜ਼ਰੂਰੀ ਹੋ ਜਾਂਦਾ। ਸੋ ਉਹ ਦੋਵੇਂ ਪਾਰਟੀਆਂ ਜਿਹੜੀਆਂ ਸੀ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਉਹਨਾਂ ਦੀ ਉੱਥੇ ਹੋਣ ਦਾ ਸਵਾਲ ਬਣਿਆ ਪਿਆ ਸੀ। ਵੈਸੇ ਤਾਂ ਹੀ ਉਹਨਾਂ ਨੇ ਆਪਣਾ ਇੱਕ ਅਟਕਲ ਪਚੂ ਜਿਹਾ ਲਾ ਲਿਆ ਸਮਝੌਤੇ ਦੇ ਰੂਪ ਦੇ ਵਿੱਚ, ਵਕਤੀ ਤੌਰ ਤੇ ਉਹ ਸਮਝੌਤਾ ਸੀਗਾ, ਪਰ ਉਸ ਸਮਝੌਤੇ ਨੇ ਐਸਾ ਰੰਗ ਬੰਨਿਆ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਲਈ ਇੱਕ ਨਵੀਂ ਉਮੀਦ ਜਾਗੀ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿਰੋਧੀ ਸੰਗਠਨ ਆ, ਕਿਉਂਕਿ ਜਿਸ ਤਰੀਕੇ ਨਾਲ ਉੱਥੇ ਸਮੀਕਰਨ ਫਿੱਟ ਬੈਠੇ ਆ, ਇੱਕੋ ਝੰਡੀ ਥੱਲੇ ਮੁਸਲਿਮ ਆ ਗਏ, ਯਾਦਵ ਆ ਗਏ, ਫਿਰ ਦਲਿਤ ਆ ਗਏ, ਤਾਂ ਇਹ ਜਿਹੜਾ ਉੱਥੇ ਇੱਕ ਮੁੱਢ ਵਜਾ, ਇਸ ਮੁੱਢ ਨੂੰ ਅੱਗੇ ਵੀ ਤੋਰਿਆ ਜਾ ਸਕਦਾ। ਮਸਲਨ ਜੇ ਇਸੇ ਗਰੁੱਪ ਦੇ ਵਿੱਚ ਆ ਕੇ ਖੱਬੇ ਫਿੱਟ ਹੋ ਜਾਂਦੇ ਆ, ਕਾਂਗਰਸ ਫਿੱਟ ਹੋ ਜਾਂਦੀ ਆ, ਜਾਂ ਹੋਰ, ਤਾਂ ਫਿਰ ਜਿਹੜਾ ਇੱਕ ਬਹੁਤ ਸਟਰੋਂਗ ਮੋਰਚਾ ਜਿਹਦੀ ਤਵੱਕੋ ਕੀਤੀ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਰੋਕਣ ਲਈ ਉਹ ਲਾਜ਼ਮੀ ਹੈ, ਤਾਂ ਫਿਰ ਉਹ ਮੋਰਚਾ ਜਿਹੜਾ ਉਹ ਸਾਨੂੰ ਦਿਖਾਈ ਦੇਵੇਗਾ। ਪਰ ਇਹ ਹਾਲੇ ਦੂਰ ਦੀਆਂ ਗੱਲਾਂ ਨੇ, ਬਹੁਤ ਦੂਰ ਦੀਆਂ ਗੱਲਾਂ ਨੇ, 2019 ਹਾਲੇ ਦੂਰ ਆ, ਕਿਉਂਕਿ ਦੇਖੋ ਨਰਿੰਦਰ ਮੋਦੀ ਜਾਂ RSS ਚੁੱਪ ਨਹੀਂ ਬੈਠੇਗਾ। ਜਿਸ ਤਰੀਕੇ ਨਾਲ ਇਸ ਭੂਆ ਭਤੀਜੇ ਦੀ ਜੋੜੀ ਨੇ ਇਹਨਾਂ ਦੀ ਭੁਆਂਟਣੀ ਲਵਾਈ ਆ, ਉਹ ਚੁੱਪ ਨਹੀਂ ਬੈਠਣਗੇ। ਇਸ ਜੋੜ ਨੂੰ ਤੋੜਨ ਦਾ ਯਤਨ ਕੀਤਾ ਜਾਊਗਾ। CBI ਤੁਹਾਨੂੰ ਪਤਾ ਹੀ ਆ,
ਉਹ ਮਗਰ ਲਾ ਦਿੱਤੀ। ਕੁਛ ਵੀ ਕੀਤਾ ਜਾ ਸਕਦਾ, ਜਾਨੀ ਤਾਰੋ ਪੀਡੋ ਕਰਨ ਲਈ ਕੋਈ ਵੀ ਗੇਮ ਖੇਡੀ ਜਾ ਸਕਦੀ ਹੈ, ਜਿੱਦਾਂ ਕਿ ਅੱਗੇ ਇੱਥੇ ਖੇਡੀ ਜਾਂਦੀ ਹੈ। ਦੇਖਦੇ ਹਾਂ ਕਿ ਕੀ ਬਣਦਾ। ਪਰ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਹੋ ਗਈ ਆ ਕਿ ਦੇਖੋ ਨਾਰਥ ਈਸਟ ਦਾ ਜਿਹੜਾ ਰਿਜ਼ਲਟ ਸੀਗਾ ਉਹਦੇ 'ਚ ਜਿਵੇਂ ਆਪਾਂ ਗੱਲ ਕੀਤੀ ਸੀਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਇਹ ਕਹੀ ਜਾਂਦੇ ਕਿ ਜੇਤੂ ਕਰਾਰ ਹੋ ਗਈ ਹੈ ਜੀ, ਜੇਤੂ ਕਰਾਰ ਹੋ ਗਈ, ਐਸਾ ਕੁਛ ਨਹੀਂ ਸੀ ਉੱਥੇ। ਉਹ ਸਿਰਫ ਖੱਬਿਆਂ ਦਾ ਰਾਜ ਸੀਗਾ ਜਿਹੜਾ, ਉਹ 25 ਸਾਲ ਦਾ ਰਾਜ ਉਹਦਾ ਭੋਗ ਪੈਣਾ ਹੀ ਪੈਣਾ ਸੀ ਕਿਉਂਕਿ ਬਹੁਤ ਲੰਮਾ ਵਕਫਾ ਸੀਗਾ। ਦੂਜੇ ਪਾਸੇ ਜਿੱਥੇ ਮੇਘਾਲਿਆ ਦੇ ਵਿੱਚ 2 ਸੀਟਾਂ ਲੈ ਕੇ ਗਏ, ਨਾਗਾਲੈਂਡ ਦੇ ਵਿੱਚ ਇਹਨਾਂ ਦੀਆਂ 18 ਕੁ ਸੀਟਾਂ ਸੀਗੀਆਂ। ਉਹ ਜਿਹੜਾ ਇੱਕ ਹੋਰ ਸਟੇਟ ਸੀ ਉਹਦੇ ਚ ਵੀ ਇਹਨਾਂ ਨੇ ਬਸ ਡਬਲਯੂ ਸਰਕਾਰ ਬਣਾਈ ਆ। ਮਤਲਬ ਕਿ ਉਹ ਜਿਹੜਾ ਕਿਹਾ ਜਾਂਦਾ ਸੀਗਾ ਕਿ ਹੁਣ ਦੇਖੋ ਜੀ ਮੋਦੀ ਲਹਿਰ ਫੇਰ ਚਰਮ ਤੇ ਚਲੇ ਜਾਣੀ ਆ, ਉਹ ਐਸਾ ਕੁਛ ਨਹੀਂ ਸੀਗਾ। ਇਹ ਗੱਲ ਸਾਬਤ ਹੋ ਗਈ। ਔਰ ਦੂਜੀ ਗੱਲ ਇਹ ਸਾਬਤ ਹੋ ਗਈ ਆ ਕਿ ਭਾਰਤੀ ਜਨਤਾ ਪਾਰਟੀ ਲਈ 2019 ਦਾ ਇਮਤਿਹਾਨ ਬਹੁਤ ਔਖਾ ਹੋਏਗਾ, ਕਿਉਂਕਿ ਦੇਖੋ ਇਹ ਜਿਹੜੇ ਬਾਈ ਇਲੈਕਸ਼ਨ ਹੈ ਇਹ ਸੈਮੀ ਫਾਈਨਲ ਗਿਣੇ ਜਾਂਦੇ ਆ। ਔਰ ਜਿਹੜੇ ਵੱਡੇ ਰਾਜ ਆ ਜਿੱਦਾਂ ਹੁਣ ਯੂਪੀ ਦੇਖ ਲਓ, ਯੂਪੀ 1 ਸਾਲ ਦੇ ਵਿੱਚ ਕਿਸ ਤਰ੍ਹਾਂ ਰੰਗ ਵਟਾ ਗਿਆ। ਔਰ ਯੂਪੀ ਦੇ ਵਿੱਚ ਹੀ 80 ਸੀਟਾਂ ਨੇ ਇਕੱਲੀਆਂ ਲੋਕ ਸਭਾ ਦੀਆਂ, ਯਾਨੀ ਸੱਤਵਾਂ ਹਿੱਸਾ ਬਣ ਜਾਂਦਾ, ਸੀਟਾਂ ਦਾ ਸੱਤਵਾਂ ਹਿੱਸਾ ਬਣ ਜਾਂਦਾ। ਤਾਂ ਇੱਥੇ ਮਾਰ ਪੈ ਗਈ ਤਾਂ ਮਰ ਜਾਣਗੇ, ਜੇ ਅੱਗੇ ਰਾਜਸਥਾਨ ਦੀ ਗੱਲ ਕਰੀਏ ਤਾਂ ਪਿੱਟ ਜਾਣਗੇ, ਜੇ ਮੱਧ ਪ੍ਰਦੇਸ਼ ਦਾ ਅਸੀਂ ਉਹ ਵੇਖੀਏ ਨਤੀਜਾ ਤਾਂ ਲੱਗਦਾ ਰਗੜੇ ਜਾਣਗੇ। ਯਾਨੀ ਭਾਰਤੀ ਜਨਤਾ ਪਾਰਟੀ ਦਾ ਰਸਤਾ ਔਖਾ, ਪਰ ਸ਼ਰਤ ਇੱਕੋ ਹੀ ਆ ਕਿ ਜਿਹੜੇ ਉਹਨਾਂ ਦੇ ਵਿਰੋਧੀ ਆ ਉਹ ਥੋੜੇ ਜਿਹੇ ਤਗੜੇ ਹੋਣ। ਪਰ ਕਾਂਗਰਸ ਦਾ ਹਾਲ ਦੇਖੋ, ਦੋਵਾਂ ਥਾਵਾਂ ਤੇ ਉਹਦੀ ਜ਼ਮਾਨਤ ਜ਼ਬਤ ਹੋ ਗਈ ਆ। ਜੇ ਕਾਂਗਰਸ ਨੂੰ ਵੇਹਦੇ ਆ ਤੇ ਉਹ ਲੱਗਦਾ ਕਿ ਉਹਦੇ ਕੱਖ ਨੀ ਪੱਲੇ, ਤੇ ਜੇ ਇਹਨਾਂ ਦੇ ਗੱਠਜੋੜ ਨੂੰ ਹੁਣ ਵੇਹਨੇ ਤੇ ਕਹਿੰਦੇ ਆ ਵੀ ਬੱਲੇ ਹੀ ਬੱਲੇ ਆ। ਸੋ ਦੇਖਦੇ ਆ ਅੱਗੇ ਕਿਸ ਤਰ੍ਹਾਂ ਦਾ ਇਹ ਵਿਰੋਧੀ ਗੱਠਜੋੜ ਬਣਾਉਂਦੇ ਆ ਔਰ ਕਿਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਅੱਗੇ ਰੁੱਖ ਅਖਤਿਆਰ ਕਰਦੀ ਆ ਜੀ। ਤੇ ਉਧਰ ਕਹਿੰਦੇ ਬਿਹਾਰ ਦੇ ਵਿੱਚ ਵੀ ਜਿਹੜੇ ਨਿਤਿਸ਼ ਕੁਮਾਰ ਦੀ ਪਾਰਟੀ ਆ ਉਹ ਵੀ ਹਾਰ ਰਹੀ ਆ, ਉੱਥੇ ਦੀ ਬਾਈ ਇਲੈਕਸ਼ਨ ਦੇ ਵਿੱਚ ਲਾਲੂ ਵਾਲੀ ਪਾਰਟੀ ਅੱਗੇ ਆ ਰਹੀ ਆ RJD। ਦੇਖੋ ਉਹ ਇੱਕ ਸੀਟ ਸੀਗੀ ਲੋਕ ਸਭਾ ਦੀ, ਉੱਥੇ ਅਰੇਰੀਆ ਦੀ ਜਿਹੜੀ ਲੋਕ ਸਭਾ ਸੀਟ ਸੀ ਨਾ ਉਹ ਪਹਿਲਾਂ ਹੀ ਉਹਨਾਂ ਦੇ ਕੋਲ ਸੀ ਲਾਲੂ ਰਾਮ ਕੋਲੇ, ਤਾਂ ਉਹ ਉਹਨਾਂ ਨੇ ਸੀਟ ਡਿਫੈਂਡ ਕੀਤੀ ਆ ਔਰ ਉਹ ਵੀ ਇੱਕ ਜਿੱਤੀ ਆ ਜੀ। ਸੀਟ ਆਪਣੀ ਉਹਨਾਂ ਨੇ ਡਿਫੈਂਡ ਕਰ ਲਈ ਤਾਂ ਇਹ ਇੱਕ ਜਿੱਤ ਗਿਣੀ ਜਾਊਗੀ, ਕਿਉਂਕਿ ਪਹਿਲਾ ਇਮਤਿਹਾਨ ਸੀਗਾ ਨਾ ਬਿਹਾਰ ਦੇ ਵਿੱਚ ਇਹਨਾਂ ਦੇ ਗੱਠਜੋੜ ਦਾ, ਤਾਂ ਪਹਿਲੇ ਇਮਤਿਹਾਨ ਚ ਉੱਥੇ ਵੀ ਫੇਲ ਹੋ ਗਏ। ਔਰ ਨਿਤੀਸ਼ ਕੁਮਾਰ ਨੂੰ ਦੁਬਾਰ ਤੋਂ ਹੁਣ ਸੋਚਣਾ ਪਊਗਾ ਜਿਹੜਾ ਇਹ ਉਹਨੇ ਇਹ ਗੱਠਜੋੜ ਕੀਤਾ ਵਾ। ਵੈਸੇ ਤੋਂ ਪਹਿਲਾਂ ਵੀ ਇਸੇ ਗੱਠਜੋੜ ਦਾ ਹਿੱਸਾ ਸੀਗਾ ਜਿਹੜਾ ਇਹ ਗੱਠਜੋੜ ਕੀਤਾ, ਹੁਣ ਉਹ ਦੇਖੂਗਾ ਕਿ ਬਿਹਾਰ ਦੇ ਵਿੱਚ ਉਹਦੀ ਜਿਹੜੀ ਹੋਂਦ ਆ ਉਹ ਕਿੰਨੀ ਕੁ ਟਿਕ ਸਕੇਗੀ। ਦੂਜੇ ਪਾਸੇ ਇਹ ਵੀ ਇੱਕ ਗੱਲ ਸਾਬਤ ਹੁੰਦੀ ਆ ਨਾ ਕਿ ਬੇਸ਼ੱਕ ਦੋ ਨਾਲ ਵਿਧਾਨ ਸਭਾ ਦੀਆਂ ਵੀ ਉਪ ਚੋਣਾਂ ਸੀਗੀਆਂ, ਉਹਦੇ ਚੋਂ ਇੱਕ ਭਾਰਤੀ ਜਨਤਾ ਪਾਰਟੀ ਲੈ ਗਈ ਆ ਤੇ ਇੱਕ ਲਾਲੂ ਦਲ ਹੀ ਲੈ ਗਿਆ। ਤਾਂ ਇੱਕ ਚੀਜ਼ ਹੋਰ ਵੀ ਤੁਸੀਂ ਦੇਖੋਗੇ ਨਾ ਕਿ ਲਾਲੂ ਪ੍ਰਸਾਦ ਯਾਦਵ ਦੇ ਆਲੇ ਦੁਆਲੇ ਉਹਨਾਂ ਦੀ ਪਾਰਟੀ ਘੁੰਮਦੀ ਆ, ਪਰ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਜੇਲ੍ਹ ਚ ਬੈਠਾ। ਇਹਦਾ ਮਤਲਬ ਆ ਕਿ ਉਹ ਲਾਲੂ ਪ੍ਰਸਾਦ ਯਾਦਵ ਦੇ ਦੁਆਲੇ ਦੀ ਪਾਰਟੀ ਘੁੰਮ ਰਹੀ, ਲੱਗਦਾ ਹੈ ਕਿ ਉੱਥੇ ਹਮਦਰਦੀ ਦੀ ਇੱਕ ਵੇਵ ਖੜੀ ਹੋ ਰਹੀ ਹੈ ਲਾਲੂ ਨਾਲ ਸਗੋਂ, ਕਿਉਂਕਿ ਜਦੋਂ ਜਦੋਂ ਵੀ ਇੱਥੇ ਭਾਰਤੀ ਲੀਡਰ ਜੇਲ੍ਹ ਚ ਜਾਂਦੇ ਆ ਸਗੋਂ ਦੁੱਗਣੀ ਰਫਤਾਰ ਦੇ ਨਾਲ ਆ ਕੇ ਸੱਤਾ ਦੇ ਨਕਸ਼ੇ ਨੂੰ ਉਧਰ ਨੂੰ ਚੜ੍ਹਦੇ ਜਾਂਦੇ ਆ। ਸਹੀ ਗੱਲ ਹੈ ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਰਨ ਭਰਾਵਾਂ ਨੂੰ ਅਦਾਲਤ ਨੇ ਬਰੀ ਕੀਤਾ। ਦੇਖੋ ਇਹ ਜਿਹੜੇ ਮਾਰਨ ਬ੍ਰਦਰਸ ਸਨ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਦਯਾਨੰਦ ਮਾਰਨ ਸੀਗਾ, ਇਹ ਸਾਡਾ ਇੱਥੋਂ ਦਾ ਦੂਰ ਸੰਚਾਰ ਮੰਤਰੀ ਹੁੰਦਾ ਸੀਗਾ। ਉਸ ਸਮੇਂ ਇੱਕ ਘੁਟਾਲਾ ਸਾਹਮਣੇ ਆਇਆ ਸੀਗਾ ਦਯਾਨੰਦ ਮਾਰਨ ਦਾ। ਉਹ ਘੁਟਾਲਾ ਇਹ ਸੀਗਾ ਕਿ ਇਹਨਾਂ ਦੇ ਘਰੇ ਇੱਕ ਐਕਸਚੇਂਜ ਫੜੀ ਗਈ ਸੀਗੀ, ਕਿਉਂਕਿ ਹੁਣ ਦੂਰ ਸੰਚਾਰ ਮੰਤਰੀ ਕਰਦਾ ਜੋ ਕਿ ਤੁਹਾਨੂੰ ਪਤਾ ਹੀ ਆ ਜੋ ਕਰਦਾ ਜੋਗੀ ਜੋਗੜਾ ਵੈਸੇ ਤਾਂ ਕਿਹਾ ਜਾਂਦਾ, ਤਾਂ ਇਹ ਕਰਦੇ ਜੋਗੀ ਸੀਗੇ ਜਿੱਦਾਂ ਮਰਜ਼ੀ ਬੀਨ ਵਜਾਈ ਜਾਂਦੇ, ਕਿਉਂਕਿ ਸਾਰਾ ਮਹਿਕਮੇ ਦੂਰ ਸੰਚਾਰ ਦਾ ਇਹਨਾਂ ਦੇ ਕੋਲ ਸੀਗਾ। ਤਾਂ ਦੱਸਦੇ ਇਹ ਸੀਗੇ ਕਿ ਬਹੁਤ ਵੱਡੇ ਪੱਧਰ ਤੇ ਨਜਾਇਜ਼ ਲਾਈਨਾਂ ਜਿਹੜੀਆਂ ਉਹ ਵਿਛਾਈਆਂ ਗਈਆਂ ਸਨ ਇਹਨਾਂ ਦੇ ਘਰ ਦੇ ਵਿੱਚ ਹੀ, ਤਾਂ ਉਹ ਫੜੀਆਂ ਗਈਆਂ। ਫਿਰ ਐਕਸਚੇਂਜ ਹੀ ਸੀਗੀ ਔਰ ਬੜੇ ਵੱਡੇ ਪੱਧਰ ਤੇ, ਸ਼ਾਇਦ ਉਸ ਸਮੇਂ ਜਿਹੜੇ ਖਬਰਾਂ ਚ ਰੁਚੀ ਰੱਖਦੇ ਹੋਣਗੇ ਉਹਨਾਂ ਨੂੰ ਯਾਦ ਹੋਏਗਾ, CBI ਨੇ ਮਾਮਲਾ ਫੜਿਆ ਸੀਗਾ 2004-07 ਦਾ ਸੀਗਾ। ਔਰ ਇਹਦੇ ਵਿੱਚ ਕੀ ਸੀਗਾ ਕਿ BSNL ਦੀਆਂ 764 ਹਾਈ ਸਪੀਡ ਬ੍ਰੌਡਬੈਂਡ ਲਾਈਨਾਂ ਜਿਹੜੀਆਂ ਉਹ ਇਹ ਇਸਤੇਮਾਲ ਕਰਦੇ ਪਏ ਸਨ, ਕਿੰਨੀਆਂ 764। ਔਰ ਉਹਦਾ ਚੱਕਰ ਕੀ ਸੀਗਾ ਕਿ ਇਹਨਾਂ ਦਾ ਅੱਗੇ ਇੱਕ ਕੰਪਨੀ ਨਾਲ ਟਾਈ ਅਪ ਸੀਗਾ, ਸ਼ਾਇਦ ਸਨ ਕੰਪਨੀ, ਇਹਨਾਂ ਦਾ ਵਿੱਚ ਕੋਈ ਸ਼ੇਅਰ ਵਗੈਰਾ ਵੀ ਹੋਵੇ ਮੈਨੂੰ ਪੱਕਾ ਨਹੀਂ ਪਤਾ, ਕਿਉਂਕਿ ਸਿਰਫ ਨਾਂ ਹੀ ਸੁਣੇ ਅਸੀਂ ਉਹਨਾਂ ਸਮਿਆਂ ਚ। ਤਾਂ ਉਹ ਜਿਹੜੀ ਸਨ TV ਸੀਗੀ ਉਹਨੂੰ ਇਹ ਅੱਗੇ ਅਪਲਿੰਕ ਸਰਵਿਸ ਦੇਈ ਜਾਂਦੀ ਸੀਗੀ ਉਸ ਕੰਪਨੀ ਨੂੰ।
ਜੀ ਮਤਲਬ ਕਿ ਉਹ ਲਾਈਨਾਂ ਇਸਤੇਮਾਲ ਕਰਕੇ ਅੱਗੇ ਕੰਪਨੀ ਨੂੰ ਅਪਲਿੰਕ ਦਿੱਤਾ ਜਾ ਰਿਹਾ ਸੀਗਾ। ਤਾਂ ਸੀਬੀਆਈ ਨੇ ਉਸ ਸਮੇਂ ਮੁਕੱਦਮਾ ਦਰਜ ਕੀਤਾ ਸੀਗਾ। ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਰੋਧੀਆਂ ਦੀ ਚਾਲ ਹੈ, ਜਿਵੇਂ ਆਮ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਨਹੀਂ ਜੀ ਅਸੀਂ ਤਾਂ ਸਭ ਠੀਕ ਠਾਕ ਕਰਦੇ ਪਏ ਸੀ, ਇਹ ਸਾਨੂੰ ਫਸਾਉਣ ਲਈ ਵਿਰੋਧੀਆਂ ਨੇ ਚਾਲ ਚੱਲੀ, ਕਿਉਂਕਿ ਉਦੋਂ ਸਰਕਾਰ ਦਾ ਹਿੱਸਾ ਸਨ ਇਹ ਤੇ ਸਰਕਾਰ ਇਹਨਾਂ ਦੀ ਸੀਗੀ, ਅਲਾਇੰਸ ਦੀ ਸਰਕਾਰ ਸੀ ਮਨਮੋਹਨ ਸਿੰਘ ਦੀ। ਇਹਨੇ ਮੁਕੱਦਮਾ ਦਰਜ ਕੀਤਾ ਸੀਗਾ ਔਰ ਕੁੱਲ ਪਾਇਆ ਸੀਗਾ ਕਿ 1,78,00,000 ਰੁਪਏ ਦਾ ਜਿਹੜਾ ਉਹ ਇਹਨਾਂ ਨੇ ਨੁਕਸਾਨ ਕੀਤਾ ਕੁਛ ਮਹੀਨਿਆਂ ਦੇ ਅੰਦਰ ਅੰਦਰ ਹੀ। ਫਿਰ ਉਹ ਮੁਕੱਦਮਾ ਚੱਲਿਆ। ਹੁਣ ਇਸ ਮਾਮਲੇ ਦੇ ਵਿੱਚ ਸੀਬੀਆਈ ਅਦਾਲਤ ਨੇ ਫੈਸਲਾ ਦਿੱਤਾ, ਉਹ ਸੀਬੀਆਈ ਅਦਾਲਤ ਨੇ ਇਹਨਾਂ ਦੋਨਾਂ ਭਰਾਵਾਂ ਨੂੰ ਬਰੀ ਕਰ ਦਿੱਤਾ, ਦਯਾਨਿਧੀ ਨੂੰ ਵੀ ਬਰੀ ਕਰ ਦਿੱਤਾ, ਇਹਦਾ ਭਰਾ ਇੱਕ ਕਲਾ ਨਿਧੀ ਹੈ ਉਹਨੂੰ ਵੀ ਬਰੀ ਕਰ ਦਿੱਤਾ। ਤੇ ਜੱਜ ਨਟਰਾਜਨ ਸਾਹਿਬ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਦੇਖੋ ਜਿਹੜੇ ਹੋਰ ਵੀ 5 ਮੁਲਜ਼ਮ ਆ ਉਹਨਾਂ ਨੂੰ ਵੀ ਬਰੀ ਕੀਤਾ ਜਾਂਦਾ, ਕਿਉਂਕਿ ਪਹਿਲੀ ਨਜ਼ਰ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਦੋਸ਼ ਲਾਏ ਗਏ ਆ ਉਹਨਾਂ ਨੂੰ ਸਾਬਤ ਕਰਨ ਲਈ ਸੀਬੀਆਈ ਦੇ ਕੋਲ ਕੋਈ ਸਬੂਤ ਹੀ ਹੈ ਨਹੀਂ। ਹੁਣ ਦੇਖੋ 2G ਮਾਮਲੇ 'ਚ ਵੀ ਇਹੀ ਕੁਛ ਹੋਇਆ ਸੀਗਾ ਨਾ, ਪਿੱਛੇ ਜੇ ਬਰੀ ਹੋਏ ਆ ਮੁਲਜ਼ਮ, ਉਹਦੇ ਵਿੱਚ ਵੀ ਇਹੋ ਕਿਹਾ ਗਿਆ ਕਿ ਸੀਬੀਆਈ ਦੇ ਕੋਲ ਤੇ ਸਬੂਤ ਹੀ ਹੈ ਨਹੀਂ। ਜੇ ਉਹ ਤੋਂ ਪਿੱਛੇ ਚਲੇ ਜਾਈਏ ਉਹ ਜਿਹੜਾ ਤਲਵਾਰ ਜੋੜਾ ਬਰੀ ਹੋਇਆ ਸੀਗਾ ਉਹਦੇ ਵਿੱਚ ਵੀ ਇਹੋ ਹੀ ਕਿਹਾ ਗਿਆ ਕਿ ਸੀਬੀਆਈ ਕੋਲ ਪ੍ਰਾਪਤ ਸਬੂਤ ਹੀ ਹੈ ਨਹੀਂ ਸੀਗੇ। ਇੱਥੋਂ ਤੁਰੇ ਚੱਲੋ ਪਿੱਛੇ ਉਹ ਗੱਡੀ ਜਾ ਪਹੁੰਚਦੀ ਆ ਬਫੋਰਸ ਘੁਟਾਲੇ ਦੇ ਕੋਲ, ਜਿੰਨੇ ਮਰਜ਼ੀ ਕੇਸ ਚੱਕ ਲਓ ਉਹਦੇ ਚ ਥੋੜੇ ਜਿਹੇ ਹੀ ਆ ਜਿਹਨਾਂ ਦੇ ਵਿੱਚ ਸੀਬੀਆਈ ਜਿਹੜੀ ਆ ਉਹ ਪ੍ਰਾਪਤ ਮਾਤਰਾ ਚ ਸਬੂਤ ਪੇਸ਼ ਕਰ ਸਕਦੀ ਹੋਵੇ, ਬਾਕੀ ਸਾਰੇ ਉਹੀ ਮਿਲਣਗੇ ਜਿਹਨਾਂ ਦੇ ਵਿੱਚ ਸੀਬੀਆਈ ਜਿਹੜੀ ਅਸਫਲ ਰਹਿੰਦੀ ਆ। ਉਹਨੂੰ ਕਿਉਂ ਰਹਿੰਦੀ ਹੈ ਸਮਝ ਤੋਂ ਪਰੇ ਦੀ ਗੱਲ ਆ, ਕਿਉਂਕਿ ਇੱਕ ਮਾਮਲਾ ਤੁਸੀਂ ਅਮਿਤ ਸ਼ਾਹ ਦਾ ਵੀ ਦੇਖਿਆ ਕਿ ਨਾ ਸਿਰਫ ਉਸ ਮਾਮਲੇ ਚ ਅਮਿਤ ਸ਼ਾਹ ਬਰੀ ਹੋ ਗਿਆ ਬਲਕਿ ਸੀਬੀਆਈ ਨੇ ਅੱਗੇ ਉਸ ਫੈਸਲੇ ਦੇ ਅਪੀਲ ਵੀ ਨਹੀਂ ਪਾਈ। ਔਰ 2G ਦਾ ਮਾਮਲਾ ਦੇਖ ਲਓ, 2G ਦੇ ਮਾਮਲੇ ਦੇ ਵਿੱਚ ਵੀ ਇਹਨਾਂ ਨੇ ਹੁਣ ਤੱਕ ਅੱਗੇ ਅਪੀਲ ਨਹੀਂ ਪਾਈ। ਇਸ ਮਾਮਲੇ ਚ ਹੁਣ ਦੇਖਦੇ ਹਾਂ ਕਿ ਕੀ ਸੀਬੀਆਈ ਇਸ ਮਾਮਲੇ ਨੂੰ ਅੱਗੇ ਲਿਜਾਣ ਲਈ ਕੋਈ ਪਹਿਲਕਦਮੀ ਕਰੂਗੀ ਜਾਂ ਇਹ ਵੀ ਇੱਥੇ ਰਫਾ ਦਫਾ ਕਰ ਦਿੱਤਾ ਜਾਊਗਾ। ਸੋ ਜਦੋਂ ਸੀਬੀਆਈ ਨੇ ਇਹਨਾਂ ਕੇਸਾਂ ਨੂੰ ਮੁਕਾਮ ਤੱਕ ਹੀ ਨਹੀਂ ਪਹੁੰਚਾਉਣਾ, ਫਿਰ ਉਹ ਜਿਵੇਂ ਪੰਜਾਬੀ ਚ ਆਉਂਦੇ ਹੁੰਦੇ ਆ ਇੱਕ ਜੰਮੇ ਇੱਕ ਨਿੱਜ ਜੰਮੇ, ਫਿਰ ਫਾਇਦਾ ਕੀ ਹੈ ਜਾਂਚ ਪੜਤਾਲ ਦਾ? ਜਾਂਚ ਪੜਤਾਲ ਦਾ ਤੇ ਤਾਂ ਹੀ ਫਾਇਦਾ ਹੈ ਨਾ ਜੇ ਦੇਸ਼ ਦਾ ਨੁਕਸਾਨ ਹੋਇਆ ਮੁਕੱਦਮਾ ਦਰਜ ਤਾਂ ਹੀ ਹੋਇਆ, ਤੇ ਜੇ ਮੁਕੱਦਮਾ ਦਰਜ ਹੋਇਆ ਉਹਦਾ ਫਾਇਦਾ ਤਾਂ ਹੀ ਆ ਜੇ ਕੋਈ ਬੰਦਾ ਜਿਹੜਾ ਉਸ ਦੋਸ਼ੀ ਸਾਬਤ ਹੋਵੇ, ਉਹਨਾਂ ਬੰਦਿਆਂ ਨੂੰ ਕੋਈ ਜੁਰਮਾਨਾ ਲੱਗੇ, ਹਰਜਾਨਾ ਲੱਗੇ, ਕੋਈ ਕੈਦ ਲੱਗੇ। ਪਰ ਇਹ ਬਹੁਤ ਸਾਰੇ ਸੀਬੀਆਈ ਦੇ ਮਸਲੇ ਹੋ ਜਾਏ ਜਿਹੜੇ ਬੜੀ ਆਸਾਨੀ ਨਾਲ ਅਦਾਲਤ ਦੇ ਵਿੱਚ ਜਿਹੜੇ ਆ ਉਹ ਡਿੱਗ ਪੈਂਦੇ ਆ। ਜੀ ਜੀ, ਅਗਲੀ ਗੱਲ ਕਰਦੇ ਅਯੋਧਿਆ ਦੀ ਵਿਵਾਦਿਤ ਜ਼ਮੀਨ ਦੇ ਉੱਤੇ ਹੁਣ ਇੱਕ ਹੋਰ ਧਰਮ ਨੇ ਦਾਅਵਾ ਠੋਕਿਆ। ਦੇਖੋ ਇਹ ਬੁੱਧ ਸਮੁਦਾਇ ਨੇ ਹੁਣ ਕਹਿ ਦਿੱਤਾ ਕਿ ਸਾਡਾ ਵੀ ਇੱਥੇ ਕਿਤੇ ਨਾ ਕਿਤੇ ਜੁੜਦਾ ਤਾਰ। ਜੀ, ਉਹਨਾਂ ਨੇ ਕੁਛ ਖੁਦਾਈਆਂ ਦਾ ਹਵਾਲਾ ਦਿੱਤਾ, ਮਸਲਨ 4 ਖੁਦਾਈਆਂ ਜਿਹੜੀਆਂ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਵੱਲੋਂ ਕਰਵਾਈਆਂ ਗਈਆਂ। ਉਹ ਕਹਿੰਦੇ ਆ ਕਿ ਇਹ ਜਿਹੜੀਆਂ ਖੁਦਾਈਆਂ ਹੋਈਆਂ ਇਹਨਾਂ ਦੇ ਵਿੱਚ ਜਿਹੜੇ ਸੰਤੂਪ ਨਿਕਲੇ ਆ ਗੋਲਾਕਾਰ ਸੰਤੂਪ ਸੀ, ਦੀਵਾਰਾਂ ਤੇ ਸੰਤੰਭ ਜਿਹੜੇ ਹੁੰਦੇ ਆ ਖੰਭੇ ਵਗੈਰਾ, ਉਹਨਾਂ ਉਹਨਾਂ ਉੱਤੇ ਬੋਧ ਵਿਹਾਰ ਦੀਆਂ ਵਿਸ਼ੇਸ਼ਤਾਵਾਂ ਦਰਜ ਸਨ, ਅੰਕਿਤ ਸਨ। ਐਸੀ ਗੱਲ ਭਾਰਤੀ ਪੁਰਾਤੱਤਵ ਵਿਭਾਗ ਆਪ ਮੰਨਦਾ। ਤੇ ਉਹ ਕਹਿੰਦੇ ਆ ਕਿ ਜਦੋਂ ਇਹ ਚੀਜ਼ਾਂ ਸਾਰੀਆਂ ਸਾਬਤ ਕਰਦੀਆਂ ਕਿ ਇਹ ਜਿਹੜੀ ਥਾਂ ਆ ਉਹਦੇ ਨਾਲ ਕਿਤੇ ਨਾ ਕਿਤੇ ਬੁੱਧ ਧਰਮ ਜੁੜਦਾ, ਤਾਂ ਫਿਰ ਅਸੀਂ ਇਸ ਤੇ ਦਾਅਵਾ ਕਰਦੇ ਹਾਂ, ਅਸੀਂ ਵੀ ਦਾਅਵੇਦਾਰ ਹਾਂ ਇਸ ਥਾਂ ਦੇ। ਸੋ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਹੁਣ ਆਪਣੀ ਪਟੀਸ਼ਨ ਦਾਇਰ ਕੀਤੀ ਆ। ਸੋ ਦੇਖਦੇ ਹਾਂ ਕਿ ਕੀ ਬਣਦਾ। ਵੈਸੇ ਅੱਜ ਉੱਥੇ ਸੁਣਵਾਈ ਹੋਈ ਆ ਇਸ ਮਸਲੇ ਨੂੰ ਲੈ ਕੇ, ਪਰ ਇਹਦੇ ਵਿੱਚ ਅਪਡੇਟ ਇਹੋ ਹੀ ਆ ਕਿ 23 ਤਰੀਕ ਪਾ ਦਿੱਤੀ ਗਈ ਅੱਗੇ ਸੁਪਰੀਮ ਕੋਰਟ ਵੱਲੋਂ। ਹੁਣ 23 ਮਾਰਚ ਨੂੰ ਸੁਣਵਾਈ ਹੋਣੀ ਆ, ਦੇਖਦੇ ਹਾਂ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਦਾਅਵੇਦਾਰ ਕੁਛ ਜ਼ਿਆਦਾ ਹੀ ਹੁੰਦੇ ਜਾਂਦੇ ਆ, ਕਿਉਂਕਿ ਆ ਪਿੱਛੇ ਜੇ ਇੱਕ ਯਾਕੂਬ ਤੂਸੀ ਸਾਹਿਬ ਨਿਕਲ ਆਏ ਸਨ, ਉਹ ਕਹਿੰਦੇ ਜੀ ਕਿ ਮੈਂ ਮੁਗਲ ਵੰਸ਼ ਦਾ ਆਖਰੀ ਨਿਸ਼ਾਨ ਆ ਤੇ ਮੈਨੂੰ ਵੀ ਦਾਅਵੇਦਾਰ ਬਣਾਓ। ਉਹ ਤੋਂ ਪਹਿਲਾਂ ਸ਼ੀਆਂ ਵਾਲੇ ਆ ਗਏ ਸੀਗੇ, ਉਹ ਕਹਿੰਦੇ ਜੀ ਕਿ ਸਾਨੂੰ ਬਣਾਓ ਦਾਅਵੇਦਾਰ, ਅਸੀਂ ਵੀ ਦਾਅਵੇਦਾਰ ਆ। ਸੁੰਨੀ ਵਕਫ ਬੋਰਡ ਪਹਿਲਾਂ ਹੀ ਇੱਕ ਦਾਅਵੇਦਾਰ ਆ। ਉਧਰ ਹਿੰਦੂ ਧਰਮ ਨੂੰ ਜਿਹੜੇ ਕਹਿੰਦੇ ਕਿ ਅਸੀਂ ਹਿੰਦੂਤਵ ਦੇ ਝੰਡੇ ਦੇ ਹੇਠ ਅੱਗੇ ਤੋਰਨਾ, ਉਹ ਵੀ ਦਾਅਵੇਦਾਰ ਆ। ਸੋ ਇਹ ਵੀ ਦਾਅਵੇਦਾਰ ਬਣ ਗਏ ਆ। ਤਾਂ ਦੇਖੋ ਹੁਣ ਕਿਹਦੀ ਲਾਟਰੀ ਨਿਕਲਦੀ ਆ, ਕਿਹਦੀ ਗੱਲ ਬਣਦੀ ਆ। ਪਰ ਮੇਰੇ ਖਿਆਲ ਦੇ ਨਾਲ
ਸੀਬੀਆਈ ਨੂੰ ਜਲਦੀ ਜਲਦੀ ਫੈਸਲਾ ਕਰ ਦੇਣਾ ਹੈ ਤੇ ਜੇ ਕਰ ਦੇਣਾ ਚਾਹੀਦਾ, ਜੇ ਨਹੀਂ ਗੱਲ ਬਣਦੀ ਤੇ ਇਹਨਾਂ ਨੂੰ ਸਾਰਿਆਂ ਨੂੰ ਬਿਠਾ ਕੇ, ਸਾਰੇ ਦਾਅਵੇਦਾਰਾਂ ਨੂੰ ਬਿਠਾ ਕੇ ਕਿਸੇ ਇਹੋ ਜਿਹੀ ਥਾਂ ਤੇ ਕਿਸੇ ਇਹੋ ਜਿਹੀ ਚੀਜ਼ ਲਈ ਰਜ਼ਾਮੰਦ ਕਰ ਲੈਣਾ ਚਾਹੀਦਾ ਜੋ ਸਾਰੇ ਧਰਮਾਂ ਲਈ ਫਾਇਦੇਮੰਦ ਹੋਵੇ। ਮਸਲਨ ਇੱਕ ਹਸਪਤਾਲ ਆ, ਤੇ ਇੱਕ ਹਸਪਤਾਲ ਹੈ ਜਿਹੜਾ ਉਹਦੇ ਵਿੱਚ ਹਿੰਦੂ ਦਾ ਵੀ ਇਲਾਜ ਕੀਤਾ ਜਾ ਸਕਦਾ, ਮੁਸਲਮਾਨ ਦੀ ਵੀ ਸੇਵਾ ਕੀਤੀ ਜਾ ਸਕਦੀ ਆ, ਬੋਧੀ ਆ ਜਾਣ ਉਹਨਾਂ ਨੂੰ ਵੀ ਰਾਜੀਬਾਜੀ ਕੀਤਾ ਜਾ ਸਕਦਾ, ਉਹਨਾਂ ਦਾ ਵੀ ਦਵਾ ਦਾਰੂ ਹੋ ਸਕਦਾ। ਸੋ ਇਹਦਾ ਹੱਲ ਤੇ ਫਿਰ ਇਹੋ ਹੀ ਆ, ਕਿਉਂਕਿ ਇੱਕ ਨਾਰ ਤੇ ਇੱਥੇ ਤੇ ਹੁਣ ਦੇਖਦੇ ਹਾਂ ਕਿ ਸੁਪਰੀਮ ਕੋਰਟ ਅੱਗੇ ਕੀ ਫੈਸਲਾ ਦਿੰਦਾ ਵਾ। ਜੀ ਜੀ, ਅਗਲੀ ਗੱਲ ਕਰਦੇ ਹਾਂ। ਕੈਪਟਨ ਨੇ ਕਰਜ਼ਾ ਮਾਫੀ ਦੀ ਦੂਜੀ ਕਿਸ਼ਤ ਅਦਾ ਕੀਤੀ, ਕਿਹਾ ਮੋਟਰਾਂ ਤੇ ਮੀਟਰ ਲਾਊਂਗਾ, ਬਿੱਲ ਨਹੀਂ ਲਾਉਂਦਾ। ਇਹ ਜਿਹੜੀ ਦੂਜੀ ਕਿਸ਼ਤ ਅਦਾ ਕੀਤੀ ਆ, ਇਹਦੇ ਚ ਇਹਨਾਂ ਨੇ 162 ਕਰੋੜ ਰੁਪਇਆ ਜਿਹੜਾ ਅੱਜ ਕਰਜ਼ਾ ਮਾਫ ਕੀਤਾ। ਵੈਸੇ ਥੋੜਾ ਬਹੁਤ ਹੀ ਸਹੀ ਕੀਤਾ ਤੇ ਹੈ, ਮੈਂ ਇਸ ਗੱਲ ਦੇ ਹੱਕ ਚ ਆ ਕਿ ਕੁਛ ਵੀ ਨਾ ਕਰਨ ਦੇ ਨਾਲ ਉਹਦੇ ਚੰਗਾ ਕਿ ਕੁਛ ਕੀਤਾ। ਪਿਛਲੀ ਵਾਰੀ ਇਹਨਾਂ ਨੇ ਉਹ ਜਿਹੜਾ ਕਰਜ਼ਾ ਵੰਡਿਆ ਸੀ, ਤੁਹਾਨੂੰ ਪਤਾ ਹੀ ਇਹਨਾਂ ਦੀ ਬੇਇੱਜ਼ਤੀ ਕਰਾ ਗਿਆ ਸੀ ਰੱਜ ਕੇ। ਇੱਕ ਤੇ ਇਹ ਕਿ ਸਮਾਗਮ ਵੱਡਾ ਕਰਾ ਲਿਆ, ਜਿਵੇਂ ਕਹਿੰਦੇ ਨੇ ਉੱਚੀ ਦੁਕਾਨ ਫੀਕੀ ਪਕਵਾਨ, ਤਾਂ ਉਹ ਸਮਾਗਮ ਬਹੁਤ ਵੱਡਾ ਕਰਾ ਲਿਆ, ਗੁਰਦਾਸ ਮਾਨ ਵਾਲਾ ਤਵਾ ਅੱਡ ਲੱਗ ਗਿਆ। ਤੇ ਹੋਇਆ ਕੀ ਸੀਗਾ ਕਿ ਇਹੋ ਜਿਹੇ ਕੇਸ ਵੀ ਨਿਕਲ ਆਏ ਜਿਨ੍ਹਾਂ ਦਾ ਮਸੀ 35-35, 40-40 ਰੁਪਈਏ ਕਰਜ਼ਾ ਮਾਫ ਹੋਇਆ, ਇਹੋ ਜਿਹੇ ਨਾਂ ਵੀ ਬਾਹਰ ਆ ਗਏ। ਔਰ ਇਹੋ ਜਿਹੇ ਵੀ ਆ ਗਏ ਜਿਨ੍ਹਾਂ ਨੇ ਕਰਜ਼ਾ ਲਿਆ ਹੀ ਨਹੀਂ ਸੀ, ਪਰ ਉਹ ਸੈਕਟਰੀ ਸੁਕਟਰੀ ਰਲ ਕੇ ਉਹਨਾਂ ਦੀਆਂ ਕਾਪੀਆਂ ਦੇ ਉੱਤੇ ਹੀ ਕਰਜ਼ਾ ਪਵਾ ਕੇ ਤੇ ਮਾਫ਼ ਵੀ ਕਰਾ ਗਏ। ਉਹ ਸਾਰਾ ਕਾਲਾ ਮਾਲਾ ਗੜਬੜ ਚਾਲਾ ਕਿੱਦਾਂ ਹੋਇਆ, ਸਮਝ ਤੋਂ ਪਰੇ ਦੀ ਗੱਲ ਹੈ। ਫਿਰ ਇਹਨਾਂ ਨੇ, ਕਾਂਗਰਸੀਆਂ ਨੇ ਬੜਾ ਇਤਰਾਜ਼ ਕੀਤਾ ਸੀ, ਉਹ ਕਹਿੰਦੇ ਕਿ ਸਾਨੂੰ ਦੇਖੋ ਬਾਹਰ ਰੱਖਿਆ ਗਿਆ ਜਦੋਂ ਇਹ ਕਰਜ਼ੇ ਵਾਲੀਆਂ ਸੂਚੀਆਂ ਬਣਾਈਆਂ ਗਈਆਂ। ਤਾਂ ਹੁਣ ਐਤਕੀ ਇਹਨਾਂ ਨੇ ਥੋੜਾ ਜਿਹਾ ਪੈਟਰਨ ਬਦਲਿਆ, ਐਤਕੀ ਜਿਹੜੀਆਂ ਕਰਜ਼ਾ ਮਾਫ਼ੀ ਦੀਆਂ ਸੂਚੀਆਂ ਬਣੀਆਂ ਉਹਦੇ ਚ ਸਾਰਾ ਦਖਲ ਜਿਹੜਾ ਸੀਗਾ ਉਹ ਕਾਂਗਰਸੀ ਲੀਡਰਾਂ ਦਾ ਸੀਗਾ, ਇਹਨਾਂ ਨੇ ਆਪਣੀ ਦੇਖ ਰੇਖ ਚ ਬਣਾਈਆਂ। ਜਿੱਦਾਂ ਅਕਾਲੀ ਰਾਜ ਦੇ ਵਿੱਚ ਪੈਟਰਨ ਚੱਲਦਾ ਸੀਗਾ ਕਿ ਮਸਲਨ ਕਿਸੇ ਨੇ ਬਿਜਲੀ ਦਾ ਮੀਟਰ ਵੀ ਲਵਾਉਣਾ ਤੇ ਉਹ ਜਿਹੜੇ ਬਾਬੂ ਬੈਠੇ ਹੁੰਦੇ ਸੀ ਕੁਰਸੀਆਂ ਤੇ ਉਹ ਕਹਿੰਦੇ ਸੀ ਫਲਾਣੇ ਜਥੇਦਾਰ ਦੀ ਮੋਹਰ ਲਵਾ ਲਿਓ, ਮੀਟਰ ਤੁਹਾਡੇ ਨਾਲ ਦੀ ਨਾਲ ਹੀ ਘੁਗਣ ਲੱਗ ਜੂਗਾ। ਸੋ ਇਸੇ ਤਰ੍ਹਾਂ ਇਹਨਾਂ ਨੇ ਲਗਭਗ ਉਹੀ ਕਾਰਜਸ਼ੈਲੀ ਅਪਣਾਈ ਆ। ਇਹਨਾਂ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਸੂਚੀਆਂ ਚੈੱਕ ਕੀਤੀਆਂ, ਫਿਰ ਉਹਨਾਂ ਤੇ ਮੋਹਰ ਲਾਈ ਕਿ ਵਾਕਿਆ ਇਹ ਬੰਦੇ ਸਾਡੇ ਕਾਬਲ ਆ ਕਰਜ਼ਾ ਮਾਫ਼ੀ ਦੇ। ਸੋ ਇਸ ਤਰ੍ਹਾਂ ਦੀਆਂ ਸੂਚੀਆਂ ਬਣੀਆਂ ਨੇ। ਹੁਣ ਇਹਦੇ ਵਿੱਚ ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨਾਂ ਨੇ ਕਿਸਾਨ ਲਏ 3-4 ਜ਼ਿਲ੍ਹਿਆਂ ਦੇ। ਅਗਲੀ ਕਹਿੰਦੇ ਆ ਕਿਸ਼ਤ ਅਸੀਂ ਮਾਝੇ 'ਚ ਹੁਣ ਅਦਾ ਕਰਾਂਗੇ। ਖੈਰ ਜਿਹੜੀ ਆ ਗੱਲ ਕੀਤੀ ਆ ਨਾ ਕਿ ਅਸੀਂ ਮੋਟਰਾਂ ਤੇ ਮੀਟਰ ਲਾਵਾਂਗੇ ਪਰ ਬਿੱਲ ਨਹੀਂ ਕਲਾਵਾਂਗੇ, ਤਾਂ ਇਹਦੇ ਵਿੱਚ ਦੇਖੋ ਇਹ ਜੋ ਗੱਲ ਕਹਿੰਦੇ ਪਏ ਆ ਉਹਦਾ ਆਧਾਰ ਇਹ ਆ ਕਿ ਅਸੀਂ 900 ਮੀਟਰ ਆ ਜਿਹੜਾ ਉਹ ਅਜ਼ਮਾਇਸ਼ ਵਾਸਤੇ ਲਾਇਆ, ਮਤਲਬ ਕਿ ਅਸੀਂ ਪਰਖਣ ਵਾਸਤੇ ਲਾਇਆ ਵਾ ਕਿ ਕਿੰਨੀ ਬਿਜਲੀ ਦੀ ਖਪਤ ਆ, ਕਿੰਨਾ ਪਾਣੀ ਨਿਕਲਦਾ। ਹੁਣ ਦੇਖੋ ਇਹ ਤੇ ਗੱਲ ਠੀਕ ਆ, ਪਰ ਅੱਗੇ ਇਹ ਕਹਿੰਦੇ ਪਏ ਆ ਕਿ ਅਸੀਂ 10,000 ਰੁਪਇਆ ਦਿਆ ਕਰਾਂਗੇ। ਪਤਾ ਨੀ ਹੁਣ ਮਹੀਨੇ ਦਾ ਕਹਿ ਰਹੇ ਜਾਂ ਸਾਲ ਦਾ, ਜੇ ਸਾਲ ਦਾ ਕਹਿ ਰਹੇ 10,000 ਤੇ ਉਦੋਂ ਮਹੀਨੇ ਕਦੇ ਬਣ ਜਾਣਾ ਜੇ ਮੋਟਰ ਚੱਲੇ ਇੱਕ ਸੀਜ਼ਨ ਦੇ ਵਿੱਚ। ਤਾਂ ਇਹ ਕਹਿੰਦੇ ਆ ਕਿ 10,000 ਰੁਪਇਆ ਅਸੀਂ ਦਿਆ ਕਰਾਂਗੇ, ਭਾਵੇਂ ਅਗਲਾ ਕੋਈ 7,000 ਦਾ ਵਾਲੇ ਬਿਜਲੀ, ਕੋਈ ਭਾਵੇਂ 5,000 ਦੀ ਵਾਲੇ ਬਿਜਲੀ, ਬਾਕੀ ਉਹਦਾ ਵੱਧ ਗਿਆ। ਤੇ ਜੇ ਉਹਦਾ ਘੱਟ ਗਿਆ ਫਿਰ ਇਹ ਕੁਛ ਨੀ ਦੱਸਦੇ ਕਿ ਉਹਨੇ ਕਿੱਥੋਂ ਪੂਰੇ ਕਰਨੇ ਆ। ਖੈਰ ਇਹ ਕਹਿੰਦੇ ਕਿ ਮੀਟਰ ਨੀ ਭੇਜਾ, ਮੀਟਰ ਅਸੀਂ ਭੇਜਾਂਗੇ ਪਰ ਬਿੱਲ ਨੀ ਕਰਾਂਗੇ। ਪਰ ਇਹਦੇ ਵਿੱਚ ਹੁਣ ਇੱਕ ਜਿਹੜਾ ਸ਼ੱਕ ਪੈਂਦਾ, ਵੈਸੇ ਤੇ ਸ਼ੱਕ ਬਹੁਤ ਸਾਰੇ ਲੋਕਾਂ ਨੂੰ ਪੈਂਦਾ ਪਿਆ ਕਿ ਜਿੱਦਾਂ ਕਾਂਗਰਸ ਮੁਕਤ ਭਾਰਤ ਦਾ ਸੁਪਨਾ ਦੇਖਦੀ ਪਈ ਹੈ ਭਾਰਤੀ ਜਨਤਾ ਪਾਰਟੀ, ਕੈਪਟਨ ਸਾਹਿਬ ਉਸ ਸੁਪਨੇ ਦੇ ਵਿੱਚ ਹੀ ਸਹਿਯੋਗ ਕਰਦੇ ਪਏ ਆ। ਪਰ ਜਿਹੜੀ ਆਹ ਚੀਜ਼ ਆ ਨਾ, ਆਹ ਵੀ ਇੱਕ ਉਹਨਾਂ ਦੇ ਏਜੰਡੇ ਦਾ ਹਿੱਸਾ ਹੀ ਆ, ਕਿਉਂਕਿ ਜਿਹੜੀ ਕੇਂਦਰ ਹੈ ਉਹ ਬਹੁਤ ਤੇਜ਼ੀ ਦੇ ਨਾਲ ਸਬਸਿਡੀਆਂ ਨੂੰ ਖਤਮ ਕਰਦੀ ਜਾ ਰਹੀ ਹੈ ਜਾਂ ਕਟੌਤੀ ਕਰਦੀ ਜਾ ਰਹੀ ਹੈ, ਤਾਂ ਸਟੈਪ ਇਹ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ। ਦੇਖੋ ਪਹਿਲਾਂ 900 ਮੀਟਰ, ਫਿਰ ਹੋ ਸਕਦਾ 9,000 ਮੀਟਰ ਲੱਗ ਜਾਣੇ, ਫਿਰ ਹੋ ਸਕਦਾ 90 ਤੱਕ ਵੀ ਪਹੁੰਚ ਜਾਵੇ ਕੱਲ੍ਹ। ਤਾਂ ਦੇਖੋ ਜੇ ਬਿੱਲ ਨਾ ਵੀ ਕਲਾਉਣ, ਕਾਂਗਰਸ ਆਪਣੇ ਪੱਧਰ ਤੇ ਸੱਚੀ ਦੀ ਸੱਚੀ ਰਹਿ ਜਾਵੇ, ਤਾਂ ਅਖੀਰ ਹੋਣਾ ਕੀ ਆ, ਹੋਣਾ ਇਹ ਆ ਕਿ ਸਬਸਿਡੀ ਦਾ ਭੁਗਤਾਨ ਇਹਨਾਂ ਤੋਂ ਕੀਤਾ ਨਹੀਂ ਜਾ ਰਿਹਾ, ਗਾਂ ਇਹਨਾਂ ਨੇ ਕਰਨਾ ਨਹੀਂ ਆ। ਜਦੋਂ ਸਬਸਿਡੀ ਦਾ ਭੁਗਤਾਨ ਹੀ ਨਹੀਂ ਕਰਨਗੇ ਪਾਵਰਕੌਮ ਨੂੰ, ਤਾਂ ਉਹਨਾਂ ਦੇ ਕੋਲ ਇੱਕ ਕਾਨੂੰਨੀ ਤਾਕਤ ਆ ਜਿਹਦੇ ਵਿੱਚ ਉਹਨਾਂ ਕੋਲ ਅਖਤਿਆਰ ਹੈ ਇਸ ਗੱਲ ਦਾ ਕਿ ਜੇ ਸਰਕਾਰ ਸਬਸਿਡੀ ਦਾ ਭੁਗਤਾਨ ਨਹੀਂ ਕਰਦੀ ਤੇ ਉਹ ਗਾਹਕ ਤੋਂ ਭੁਗਤਾਨ ਸਿੱਧਾ ਕਰਵਾ ਸਕਦੇ ਆ। ਮਸਲਨ ਜਿਹੜਾ ਉਪਭੋਗਤਾ ਗਾਹਕ ਆ ਉਹਦੀ ਜੇਬ ਚੋਂ ਉਹ ਡਾਇਰੈਕਟਲੀ ਕਢਾ ਸਕਦੇ ਆ। ਤੇ ਫਿਰ ਆਪੇ ਕਾਂਗਰਸ ਆਪਦੀ ਆ ਥਾਂ ਸੱਚੀ ਆ, ਪਾਵਰਕੌਮ ਆਪਦੀ ਥਾਂ ਤੇ ਸੱਚਾ, ਤੇ ਜਿਹੜਾ ਕਿਸਾਨ ਆ ਉਹ ਫਿਰ ਕਹੂਗਾ ਕਿ ਮੋਏ ਨੂੰ ਮਾਰੇ ਸ਼ਾਹ ਮਦਾਰ। ਜਿਹੜਾ ਕਿਸਾਨ ਆ ਉਹ ਮਾੜਾ ਕਿਸਾਨ, ਜਿਹੜਾ ਖਾਸ ਤੌਰ ਤੇ ਛੋਟਾ ਕਿਸਾਨ ਆ, ਉਹ ਫਿਰ ਰਗੜਿਆ ਜਾਊਗਾ। ਸੋ ਲੱਗਦਾ ਇਹੋ ਹੀ ਆ ਕਿ ਜਿਹੜੀ ਮਨਸ਼ਾ ਭਾਵਨਾ ਹੈ
ਇਹ ਸਬਸਿਡੀਆਂ ਨੂੰ ਖਤਮ ਕਰਨ ਵਾਲੇ ਪਾਸੇ, ਕਿਉਂਕਿ ਜਿਹੜਾ ਮਨਪ੍ਰੀਤ ਸਿੰਘ ਬਾਦਲ ਆ ਤੁਹਾਨੂੰ ਪਤਾ ਹੀ ਹੈ ਕਿ ਉਹ ਤੇ ਹਮੇਸ਼ਾ ਹੀ ਇਸ ਆਈਡੀਓਲੋਜੀ ਦੇ ਨਾਲ ਚੱਲਦਾ ਕਿ ਸਬਸਿਡੀਆਂ ਖਤਮ ਹੋਣੀਆਂ ਚਾਹੀਦੀਆਂ। ਪਰ ਸਬਸਿਡੀਆਂ ਖਤਮ ਕਿਵੇਂ ਹੋਣੀਆਂ ਚਾਹੀਦੀਆਂ, ਕਿਹਨਾਂ ਕਿਸਾਨਾਂ ਦੀਆਂ ਹੋਣੀਆਂ ਚਾਹੀਦੀਆਂ, ਉਹਦੇ ਲਈ ਰੋਡ ਮੈਪ ਨਾ ਉੱਤੇ ਤੇ ਨਾ ਇਹਨਾਂ ਕੋਲ ਹੇਠਾਂ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਰਤੀ ਘੁਟਾਲੇ ਦੇ ਚੱਲਦਿਆਂ ਸਿੱਧੂ ਨੇ ਲਿਆ ਐਕਸ਼ਨ। ਦੇਖੋ ਸ਼ਿਵਾਲਿਕ ਕਾਲਜ ਆਫ ਨਰਸਿੰਗ ਨਯਾ ਨੰਗਲ ਦੇ ਵਿੱਚ ਨਾ ਕੋਈ ਭਰਤੀ ਪ੍ਰਕਿਰਿਆ ਚੱਲਦੀ ਪਈ ਸੀ, ਉਹਦੇ ਤੇ ਕੁਛ ਸ਼ਿਕਾਇਤਾਂ ਮਿਲੀਆਂ। ਜੀ ਸ਼ਿਕਾਇਤਾਂ ਇਉਂ ਮਿਲੀਆਂ ਕਿ ਇਹ ਜਿਹੜਾ ਸ਼ਿਵਾਲਿਕ ਕਾਲਜ ਆਫ ਨਰਸਿੰਗ ਨਯਾ ਨੰਗਲ ਆ, ਇਹਦੀ ਜਿਹੜੀ ਭਰਤੀ ਦੀ ਪ੍ਰੀਖਿਆ ਲਈ ਜਾ ਰਹੀ ਸੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਈ ਜਾ ਰਹੀ ਸੀ, ਟੈਸਟ ਲਿਆ ਜਾ ਰਿਹਾ ਸੀਗਾ। ਇਹਦਾ ਨਤੀਜਾ ਥੋੜੇ ਦਿਨ ਪਹਿਲਾਂ ਲਾਂਦਿਆ ਗਿਆ ਸੀ ਤੇ ਇਸ ਨਤੀਜੇ ਦੇ ਆਧਾਰ ਤੇ, ਮੈਰਿਟ ਦੇ ਆਧਾਰ ਤੇ ਉਹ ਭਰਤੀ ਕੀਤੀ ਜਾ ਰਹੀ ਸੀਗੀ। ਕੁਛ ਵਿਦਿਆਰਥੀਆਂ ਨੇ, ਕੁਛ ਮਾਪਿਆਂ ਨੇ, ਕੁਛ ਸਾਬਕਾ ਵਿਧਾਇਕਾਂ ਤੇ ਮੀਡੀਆ ਕਰਮੀਆਂ ਨੇ ਸ਼ਿਕਾਇਤਾਂ ਇਹ ਦਿੱਤੀਆਂ ਸਨ ਕਿ ਇੱਥੇ ਵੀ ਕਿਤੇ ਨਾ ਕਿਤੇ ਗੜਬੜ ਹੋ ਰਹੀ ਆ। ਵੈਸੇ ਆਮ ਹੀ ਆ, ਨੌਕਰੀ ਘੁਟਾਲਾ, ਵਿਆਪਮ ਘੁਟਾਲਾ, ਐਰਾ ਵਗੈਰਾ ਚੱਲਦੀ ਰਹਿੰਦੇ ਆ। ਤਾਂ ਜਦੋਂ ਨਵਜੋਤ ਸਿੱਧੂ ਕੋਲ ਇਹ ਸ਼ਿਕਾਇਤਾਂ ਪਹੁੰਚੀਆਂ, ਇਹਨੇ ਫੌਰੀ ਤੌਰ ਤੇ ਵਿਜੀਲੈਂਸ ਨੂੰ ਜਾਂਚ ਪੜਤਾਲ ਦੇ ਹੁਕਮ ਦੇ ਦਿੱਤੇ ਆ, ਕਿਉਂਕਿ ਉਹ ਕਾਲਜ ਆ ਜਿਹੜਾ ਉਹ ਸਥਾਨਕ ਸਰਕਾਰਾਂ ਅਧੀਨ ਚੱਲਦਾ ਹੈ। ਤਾਂ ਸਥਾਨਕ ਸਰਕਾਰਾਂ ਦਾ ਮੰਤਰੀ ਕੌਣ ਆ? ਨਵਜੋਤ ਸਿੰਘ ਸਿੱਧੂ। ਉਤ ਸਿੱਧੂ ਇਹ ਹੁਕਮ ਦੇ ਗਿਆ ਕਿ ਇਹਦੀ ਸਾਰੀ ਜਾਂਚ ਪੜਤਾਲ ਜਿਹੜੀ ਆ ਉਹ ਵਿਜੀਲੈਂਸ ਕਰੂਗੀ। ਇਹ ਠੀਕ ਹੈ, ਮੇਰੇ ਖਿਆਲ ਦੇ ਨਾਲ ਨਵਜੋਤ ਸਿੱਧੂ ਨੂੰ ਇਹ ਕੰਮ ਕਰ ਦੇਣਾ ਚਾਹੀਦਾ ਸੀ ਔਰ ਉਹਨੇ ਕੀਤਾ ਵੀ ਹੈ। ਪਰ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਹੜਾ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਨੌਕਰੀ ਘੁਟਾਲਾ ਹੋਇਆ ਜਿਹਦੇ ਬਾਰੇ ਕਾਂਗਰਸ ਰੈਲੀਆਂ ਕਰਦੀ ਰਹੀ, ਉਸ ਨੌਕਰੀ ਘੁਟਾਲੇ ਦਾ ਕੀ ਬਣਿਆ ਹਾਲੇ ਤੱਕ ਕੋਈ ਸਮਝ ਨਹੀਂ ਆਈ ਕਿਸੇ ਨੂੰ। ਇਹ ਤਾਂ ਕਹਿੰਦੇ ਸੀ ਕਿ ਅਕਾਲੀਆਂ ਨੇ ਕਰਵਾਇਆ, ਪਰ ਜਦੋਂ ਅਕਾਲੀਆਂ ਦੇ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ, ਨਾਲ ਦੀ ਨਾਲ ਇੱਕਾ ਦੁੱਕਾ ਕਾਂਗਰਸੀ ਅੜਕੇ ਆ ਗਏ, ਉਸ ਤੋਂ ਬਾਅਦ ਜਦੋਂ ਇਹ ਸੱਤਾ ਚ ਆਇਆ ਉਹ ਤੋਂ ਬਾਅਦ ਇਹ ਨੌਕਰੀ ਘੁਟਾਲਾ ਭੁੱਲ ਹੀ ਗਿਆ। ਜਾਂਚ ਤੇ ਉਹਦੀ ਵੀ ਵਿਜੀਲੈਂਸ ਦੇ ਕੋਲ ਆ, ਸਿੰਜਾਈ ਘੁਟਾਲੇ ਦੀ ਜਾਂਚ ਪੜਤਾਲ ਵੀ ਵਿਜੀਲੈਂਸ ਦੇ ਕੋਲ ਆ। ਉਹਦੇ ਚ ਵੀ ਨਾ ਇਹ ਆਉਂਦਾ ਪਿਆ ਕਿ ਸਿੰਜਾਈ ਘੁਟਾਲੇ ਦਾ ਜਿਹੜਾ ਮੁੱਖ ਦੋਸ਼ੀ ਆ ਗੁਰਿੰਦਰ ਸਿੰਘ ਭਾਪਾ, ਉਹਦਾ 5 ਕਰੋੜ ਰੁਪਇਆ ਜਿਹੜਾ ਉਹ ਰਾਣਾ ਗੁਰਜੀਤ ਦੀ ਫਰਮ ਦੇ ਥਰੂ ਖੱਡਾ ਨੂੰ ਗਿਆ, ਉਹ ਵੀ ਜਾਂਚ ਪੜਤਾਲ ਹਾਲੇ ਵਿੱਚੇ ਪਈ ਹੈ। ਜਾਂਚ ਪੜਤਾਲ ਜਿਹੜੀ ਹੈ ਉਹ ਮੌੜ ਬੰਬ ਧਮਾਕੇ ਵਾਲੀ, ਉਹ ਵੀ ਵਿੱਚੇ ਪਈ ਆ, ਕਿਉਂਕਿ ਉਹਦੇ ਵਿੱਚ ਵੀ ਇੱਕ ਕਾਂਗਰਸੀ ਦਾ ਨਾਂ ਗੂੰਜਦਾ। ਸੋ ਇਹ ਸਾਰੀਆਂ ਜਾਂਚ ਪੜਤਾਲਾਂ ਸ਼ੁਰੂ ਤੇ ਹੁੰਦੀਆਂ, ਸ਼ੁਰੂ ਹੋ ਕੇ ਇਹ ਅੰਤ ਤੱਕ ਨਹੀਂ ਪਹੁੰਚਦੀਆਂ। ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਕੀ ਇਸ ਨੌਕਰੀ ਘੁਟਾਲੇ ਦੇ ਵਿੱਚ ਮੁਕਾਮ ਤੇ ਮਾਮਲਾ ਪਹੁੰਚੂਗਾ। ਤਾਂ ਉਮੀਦ ਘੱਟ ਆ, ਪਰ ਫਿਰ ਵੀ ਹੈ ਜ਼ਰੂਰ ਕਿ ਸ਼ਾਇਦ ਨਵਜੋਤ ਸਿੱਧੂ ਦੇ ਐਕਸ਼ਨ ਕਰਕੇ ਇਹ ਮਾਮਲਾ ਜਿਹੜਾ ਉਹ ਤੈਅ ਤੱਕ ਫੋਲਿਆ ਜਾਊਗਾ। ਪਰ ਸੰਭਾਵਨਾ ਘੱਟ ਆ ਕਿ ਇਹ ਮਾਮਲਾ ਵੀ ਮੁਕਾਮ ਤੱਕ ਪਹੁੰਚੂਗਾ, ਕਿਉਂਕਿ ਜਿਹੜਾ ਵੀ ਇਸ ਤਰ੍ਹਾਂ ਦਾ ਘੁਟਾਲਾ ਹੁੰਦਾ ਉਹ ਨਾ ਕੋਈ ਅਧਿਕਾਰੀ ਆਪਣੇ ਪੱਧਰ ਤੇ ਕਰਦਾ, ਨਾ ਕੋਈ ਚੋਰ ਠੱਗ ਆਪਣੇ ਪੱਧਰ ਤੇ ਕਰਦਾ, ਹਰੇਕ ਘੁਟਾਲੇ ਦੇ ਪਿੱਛੇ ਕੋਈ ਨਾ ਕੋਈ ਸਿਆਸੀ ਕੜੀ ਜੁੜੀ ਹੁੰਦੀ ਹੈ। ਤਾਂ ਜਦੋਂ ਸਿਆਸੀ ਕੜੀ ਜੁੜੀ ਹੁੰਦੀ ਹੈ ਉਹਦੇ ਵਿੱਚ ਸੱਤਾਧਾਰੀ ਕਿਤੇ ਨਾ ਕਿਤੇ ਆ ਜਾਂਦੇ ਆ। ਤਾਂ ਇੱਕ ਅੱਧਾ ਵੀ ਆ ਜਾਵੇ ਤਾਂ ਫਿਰ ਜਾਂਚ ਪੜਤਾਲ ਨੂੰ ਹੈਂਡ ਬ੍ਰੇਕ ਲੱਗ ਜਾਂਦੀ ਆ। ਦੇਖਦੇ ਹਾਂ ਕਿ ਇੱਥੇ ਤਾਰਾ ਰੰਪਮ ਜਾਏਗੀ ਜਾਂਚ ਪੜਤਾਲ, ਜਾਂ ਇੱਥੇ ਵੀ ਬ੍ਰੇਕ ਪੈ ਜਾਵੇਗੀ। ਜੀ ਜੀ ਅਗਲੀ ਜਿਹੜੀ ਗੱਲ ਕਰਦੇ ਹਾਂ ਜੱਗੀ ਜੌਹਲ ਦਾ ਮਾਮਲਾ ਭਾਰਤ ਅਤੇ ਯੂਕੇ ਦੇ ਦਰਮਿਆਨ ਫਿਰ ਗੂੰਜਿਆ। ਨਹੀਂ ਦੇਖੋ ਇਹ ਗੂੰਜੇਗਾ ਜੀ, ਦੇਖੋ ਕਿਉਂਕਿ ਹੁਣ ਕਾਮਨਵੈਲਥ ਪ੍ਰਮੁੱਖਾਂ ਦੀ ਜਿਹੜੀ ਮੀਟਿੰਗ ਹੈ ਨਾ ਉਹ ਹੋਣ ਜਾ ਰਹੀ ਆ, ਅਗਲੇ ਮਹੀਨੇ ਉਹ ਮੀਟਿੰਗ ਹੋਣੀ ਹੈ ਜਿੰਨੇ ਕਾਮਨਵੈਲਥ ਦੇਸ਼ਾਂ ਦੇ ਮੁਖੀ ਆ। ਉਹ ਮੀਟਿੰਗ ਮੇਰੇ ਖਿਆਲ ਦੇ ਨਾਲ ਕਹਾਉਂਦੀ ਹੈ CHOGM, ਉਹ ਮੀਟਿੰਗ ਹੁੰਦੀ ਹੈ ਜਿੰਨੇ ਵੀ ਕਾਮਨਵੈਲਥ ਦੇ ਦੇਸ਼ਾਂ ਦੇ ਮੁਖੀ ਹੁੰਦੇ ਆ ਉਹ ਉੱਥੇ ਮਿਲਦੇ ਆ, ਮੀਟਿੰਗ ਚ ਗੱਲਾਂ ਬਾਤਾਂ ਕਰਦੇ ਆ, ਆਪਣੇ ਵਿਚਾਰ ਵਟਾਂਦਰੀ ਕਰਦੇ ਆ। ਕਾਮਨਵੈਲਥ ਦਾ ਤੁਹਾਨੂੰ ਪਤਾ ਹੀ ਆ ਉਹ ਸਾਰੇ ਦੇਸ਼ ਇੱਕ ਸੰਗਠਨ ਦੇ ਰੂਪ ਦੇ ਵਿੱਚ ਜਿਹੜੇ ਬ੍ਰਿਟਿਸ਼ ਰਾਜ ਦੇ ਅਧੀਨ ਰਹੇ ਆ। ਸੋ ਇਹ ਹੁਣ ਮਾਮਲਾ ਜਿਹੜਾ ਉਹ ਜੱਗੀ ਜੌਹਲ ਵਾਲਾ ਇਸ ਮੀਟਿੰਗ ਚ ਚੁੱਕਣ ਦਾ ਬ੍ਰਿਟਿਸ਼ ਲੋਕਾਂ ਨੇ, ਉਹ ਜਿਹੜੇ ਬ੍ਰਿਟਿਸ਼ ਸਿਆਸਤਦਾਨ ਹੈ ਉਹਨਾਂ ਨੇ ਮਨ ਬਣਾ ਲਿਆ, ਖਾਸ ਤੌਰ ਤੇ ਜਿਹੜੇ ਤਨਮਨਜੀਤ ਸਿੰਘ ਢੇਸੀ ਆ ਜਾਂ ਇੱਕ ਹੋਰ ਬੀਬੀ ਪ੍ਰੀਤ ਕੌਰ ਗਿੱਲ ਆ, ਉਹਨਾਂ ਨੇ ਮੁੱਦਾ ਚੁੱਕਿਆ ਕਿ ਕਾਮਨਵੈਲਥ ਮੀਟਿੰਗ ਦੇ ਵਿੱਚ ਜੱਗੀ ਜੌਹਲ ਵਾਲਾ ਮਾਮਲਾ ਜਿਹੜਾ ਉਹ ਨਰਿੰਦਰ ਮੋਦੀ ਦੇ ਸਨਮੁੱਖ ਲਿਆਂਦਾ ਜਾਣਾ ਚਾਹੀਦਾ। ਤਾਂ ਸਹਿਮਤੀ ਬਣੀ ਹੈ ਕਿ ਨਰਿੰਦਰ ਮੋਦੀ ਦੇ ਸਾਹਮਣੇ ਇਹ ਫੈਸਲਾ ਲਿਆਂਦਾ ਜਾਊਗਾ। ਹੁਣ ਇਹ ਫੈਸਲਾ ਲਿਆਂਦਾ ਜਾਊਗਾ, ਇਹਦੇ ਤੇ ਅੱਗੇ ਕੀ ਸੁਣਵਾਈ ਹੁੰਦੀ ਹੈ, ਕੀ ਅੱਗੇ ਅਮਲ ਹੁੰਦਾ, ਇਹ ਸਮਾਂ ਤੈਅ ਕਰੂਗਾ। ਪਰ ਮੇਰੇ ਖਿਆਲ ਦੇ ਨਾਲ ਕਾਫੀ ਦਬਾਅ ਬਣ ਜਾਊਗਾ ਜਦੋਂ ਬ੍ਰਿਟੇਨ ਸਰਕਾਰ ਨੇ
ਇਹ ਹੁਣ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਕਿ ਅਸੀਂ ਇਹ ਮੁੱਦਾ ਜਿਹੜਾ ਕਾਮਨਵੈਲਥ ਮੀਟਿੰਗ ਦੇ ਵਿੱਚ ਚੁੱਕਾਂਗੇ, ਤਾਂ ਇਹਨੇ ਨਾਲ ਵੀ ਇੱਕ ਦਬਾਅ ਜਿਹੜਾ ਉਹ ਬਣੇਗਾ ਜ਼ਰੂਰ, ਔਰ ਇਹਦਾ ਸਿੱਟਾ ਜਿਹੜਾ ਉਹ ਅੱਗੇ ਕੀ ਨਿਕਲੂਗਾ, ਐਸਾ ਇਮਕਾਨ ਲਾਉਣਾ ਤੇ ਮੇਰੇ ਖਿਆਲ ਦੇ ਨਾਲ ਹਾਲੇ ਜਿਹੜਾ ਉਹ ਠੀਕ ਨਹੀਂ ਹੋਏਗਾ। ਪਰ ਇੱਕ ਦੋ ਚੀਜ਼ਾਂ ਜਿਹੜੀਆਂ ਉਹ ਤੇ ਘੱਟੋ ਘੱਟ ਕੀਤੀਆਂ ਜਾਣੀਆਂ ਚਾਹੀਦੀਆਂ ਕਿ ਦੇਖੋ ਪਹਿਲਾਂ ਇਹਨਾਂ ਨੂੰ 1.5 ਮਹੀਨਾ ਰਿਮਾਂਡ ਤੇ ਇਹਨਾਂ ਨੇ ਲਈ ਰੱਖਿਆ, ਕਦੇ ਇੱਧਰ ਲੈ ਗਏ ਕਦੇ ਉੱਧਰ ਲੈ ਗਏ, ਨਿਕਲਿਆ ਕੱਖ ਵੀ ਨਹੀਂ। ਫਿਰ ਹੁਣ ਇਹਨਾਂ ਦਾ ਚਲਾਨ ਹੈ ਜਿਹੜਾ ਉਹ ਲਗਾਤਾਰ ਲੇਟ ਕੀਤਾ ਜਾ ਰਿਹਾ, ਚਲਾਨ ਜੀ ਲੇਟ ਤੋਂ ਭਾਵ ਇਹ ਆ ਕਿ ਜਦੋਂ ਤੱਕ ਚਲਾਨ ਹੀ ਨਹੀਂ ਪੇਸ਼ ਹੋਊਗਾ ਉਦੋਂ ਤੱਕ ਕੇਸ ਅੱਗੇ ਰਿੜਨਾ ਹੀ ਨਹੀਂ, ਪਤਾ ਹੀ ਨਹੀਂ ਲੱਗਣਾ ਕਿ ਕੇਸ ਦੇ ਵਿੱਚ ਹੈ ਕੀ ਆ, ਸਬੂਤ ਕੀ ਆ, ਗਵਾਹ ਕੌਣ ਆ। ਤਾਂ ਉਹ ਘੱਟੋ ਘੱਟ ਚਲਾਨ ਤੇ ਪੇਸ਼ ਕਰਨ ਤਾਂ ਕਿ ਜਿਹੜਾ ਇਹਨਾਂ ਦਾ ਵਕੀਲ ਆ ਉਸ ਕੇਸ ਦੇ ਗਰਾਊਂਡ ਤੇ ਕੋਈ ਨਾ ਕੋਈ ਅੱਗੇ ਆਪਣੀ ਕਾਰਵਾਈ ਪਾਵੇ, ਕੋਈ ਜ਼ਮਾਨਤ ਲਾਵੇ, ਕੋਈ ਕੋਈ ਅੱਗੇ ਉਤਲੀ ਅਦਾਲਤ ਤੱਕ ਜਾਵੇ। ਸੋ ਜ਼ਰੂਰਤ ਇਸ ਗੱਲ ਦੀ ਹੈ ਕਿ ਇਸ ਕੇਸ ਨੂੰ ਘੱਟੋ ਘੱਟ ਰਫ਼ਤਾਰ ਤੇ ਦਿੱਤੀ ਜਾਵੇ, ਜਿਸ ਰਫ਼ਤਾਰ ਨਾਲ ਇਹ ਤੋਰੀ ਜਾਂਦੇ ਆ ਕੇਸ ਨੂੰ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਸਾਲ ਲੱਗ ਜਾਣਗੇ। ਤਾਂ ਘੱਟੋ ਘੱਟ ਇਸ ਮਾਮਲੇ ਦੇ ਵਿੱਚ ਇਹਨਾਂ ਤੇ ਕੀਤਾ ਜਾਣਾ ਚਾਹੀਦਾ ਕਿ ਇਹਨਾਂ ਦਾ ਜਿਹੜਾ ਕੇਸ ਆ ਉਹ ਤੇਜ਼ੀ ਨਾਲ ਨਿਬੇੜਿਆ ਜਾਵੇ, ਕਿਉਂਕਿ ਇਹਦੇ ਵਿੱਚ 2 ਬ੍ਰਿਟਿਸ਼ ਨਾਗਰਿਕ ਹੈ। ਜੀ 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 ਅਗਲੀ ਜਿਹੜੀ ਆਪਾਂ ਮਿੰਟੋ ਜੀ ਜਾਂਦੇ ਜਾਂਦੇ ਗੱਲ ਕਰ ਲਈਏ ਵੀ ਰੇਤ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਤੇ ਥਾਣੇਦਾਰੀ ਘੋਟਣ ਵਾਲਾ SHO ਦਾ ਵਿਭਾਗ ਚੋਂ ਹੀ ਕਹਿੰਦੇ ਪੱਤਾ ਕੱਟਿਆ। ਪੱਤਾ ਕੱਟ ਦੇਣਾ ਚਾਹੀਦਾ, ਇਹੋ ਜਿਹੇ ਤੋਂ ਕੀ ਦਲੀਆ ਦਲਾਉਣਾ। ਇਹ ਏਡਾ ਬਦਬਖਤ ਬੰਦਾ, ਤੁਸੀਂ ਵੇਖੀ ਹੋਣੀ ਆਡੀਓ ਸੁਣੀ ਹੋਣੀ ਆ ਜਿਹੜੀ ਵਾਇਰਲ ਹੋਈ ਆ ਕਿ ਥਾਣੇਦਾਰ ਸਾਹਿਬ ਉਹ ਇੱਥੋਂ ਟਿੱਪਰ ਨਿਕਲਦੇ ਪਏ ਨਜਾਇਜ਼ ਮਾਈਨਿੰਗ ਵਾਲੇ, ਤੇ ਉਹ ਕਹਿੰਦਾ ਕਿਹਦੇ ਚੱਲਦੇ ਆ, ਕਹਿੰਦਾ ਜੀ ਤੁਸੀਂ ਇਹ ਕੰਮ ਹੁਣ ਤੁਹਾਡਾ ਵੇਖਣਾ, ਮੈਂ ਕਿੱਥੋਂ ਵੇਖਾਂ ਹੁਣ ਰਾਤ ਨੂੰ ਬੈਟਰੀਆਂ ਮਾਰ ਕੇ ਕਿ ਕਿਹਦਾ ਟਿੱਪਰ ਆ। ਤੇ ਕਹਿੰਦਾ ਤੂੰ ਫੋਨ ਕੀਤਾ ਤੈਨੂੰ ਪਤਾ ਨੀ, ਉਹ ਕਹਿੰਦਾ ਤੂੰ ਤੂੰ ਕਾਹਤੋਂ ਕਰੀ ਜਾਂਦੇ ਹੋ ਤੁਸੀਂ ਮੈਨੂੰ, ਤੇ ਅੱਗੋਂ ਫਿਰ ਚੱਲ ਪਿਆ ਤੈਨੂੰ ਮੈਂ ਇੱਥੋਂ ਚੁੱਕ ਕੇ ਲੈ ਜਾਊਂ, ਇਹ ਕਰਦੋ ਤੂੰ ਜਾਣਦਾ ਨੀ ਮੈਨੂੰ ਇਹ ਆ ਵੋ ਆ ਜੋ ਆ। ਸੋ ਕੋਈ ਲੱਗਦਾ ਸੀ ਮੂਡ ਮਾਡ ਉਹਦਾ ਬਣਿਆ, ਉਦੋਂ ਤੇ ਉਹ ਬਣਿਆ ਸੀਗਾ ਬਹਾਦਰ ਸ਼ਾਹ ਜਫਰਪੁਰਾ ਬਾਦਸ਼ਾਹ ਬਣਿਆ ਸੀਗਾ, ਹੁਣ ਲੱਥੀ ਤੋਂ ਪਤਾ ਲੱਗਿਆ ਹੋਊਗਾ ਕਿ ਲੱਥੀ ਲਾਈ ਮੇਰੀ ਕਿੰਨੀ ਹੋਣੀ ਆ। ਅਸਲ ਦੇ ਵਿੱਚ ਉਹ ਜਿਹੜੀ ਸਾਰੀ ਆਡੀਓ ਨਿਕਲੀ ਹੈ ਉਹ ਲੁਧਿਆਣੇ ਜ਼ਿਲ੍ਹੇ ਦਾ ਇੱਕ ਪਿੰਡ ਆ ਬੂਥਗੜ੍ਹ, ਉਥੋਂ ਦਾ ਸਰਪੰਚ ਸੀ ਜੋ ਇਸ ਥਾਣੇਦਾਰ ਨਾਲ ਜਿਹਦਾ ਨਾਮ ਜਰਨੈਲ ਸਿੰਘ ਸੀ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ, ਜਿੱਦਾਂ ਬੋਲਿਆ ਉਹ ਸਾਰਿਆਂ ਨੇ ਤੁਸੀਂ ਆਡੀਓ ਸੁਣੀ ਹੋਣੀ ਆ, ਜੇ ਨਹੀਂ ਤੇ ਤੁਸੀਂ ਨੈਟ ਤੇ ਲੱਭ ਲਿਓ ਸੁਣ ਜਾਊਗੀ। ਉਹਦੇ ਫਿਰ ਸ਼ਿਕਾਇਤ ਦਰਜ ਕਰਵਾਈ, ਸ਼ਿਕਾਇਤ ਤੇ ਕਾਰਵਾਈ ਕੀਤੀ ਗਈ, ਪਹਿਲਾਂ ਤੇ ਇਹਨੂੰ ਸਸਪੈਂਡ ਕੀਤਾ ਗਿਆ, ਹੁਣ ਇਹਨੂੰ ਪੱਕਾ ਬਰਖਾਸਤ ਹੀ ਕਰ ਦਿੱਤਾ ਗਿਆ, ਕਿਉਂਕਿ ਇਹ ਬੰਦਾ ਇੱਕ ਦਫਾ ਪਹਿਲਾਂ ਵੀ ਸਸਪੈਂਡ ਹੋ ਚੁੱਕਾ, ਉਹ ਵੀ ਕੋਈ ਮਾਮਲਾ ਸੀ ਗੁਰਦੁਆਰੇ ਦੀ ਜ਼ਮੀਨ ਦਾ, ਇਹਨੇ ਇੱਕ ਧਿਰ ਦਾ ਪੱਖ ਪੂਰ ਕੇ ਦੂਸਰੀ ਧਿਰ ਦੇ ਨਾਲ ਨਾ ਇਨਸਾਫ਼ੀ ਕਰ ਦਿੱਤੀ। ਉਸ ਮਾਮਲੇ ਚ ਪਹਿਲਾਂ ਹੀ ਤੇ ਵਿਭਾਗੀ ਕਾਰਵਾਈ ਹੋਈ ਪਈ ਸੀਗੀ, ਹੁਣ ਦੂਜੀ ਸ਼ਿਕਾਇਤ ਆ ਗਈ ਆ ਇਹਦਾ ਪੱਕਾ ਪਤਾ ਕੱਟ ਦਿੱਤਾ। ਸੋ ਮੇਰੇ ਖਿਆਲ ਦੇ ਨਾਲ ਇਹਦਾ ਪਤਾ ਕੱਟਣਾ ਹੀ ਚਾਹੀਦਾ ਸੀ, ਕਿਉਂਕਿ ਬਹੁਤ ਇਹਦਾ ਵਤੀਰਾ ਸੀਗਾ ਜਿਹੜਾ ਉਹ ਨਾ ਬਰਦਾਸ਼ਤ ਯੋਗ ਸੀਗਾ। ਵੈਸੇ ਇਹਦੇ ਬਾਰੇ ਸੁਣਨ ਚ ਇਹ ਵੀ ਆਉਂਦਾ ਪਿਆ ਕਿ ਇੱਕ ਸਾਬਕਾ ਵਿਵਾਦਿਤ DGP ਦਾ ਗਨਮੈਨ ਸੀਗਾ ਜੀ। ਸੋ ਉਸ DGP ਦਾ ਇਹ ਗਨਮੈਨ ਸੀਗਾ, ਔਰ ਇਹਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਗਈਆਂ ਉਹ ਤਰੱਕੀਆਂ ਵੀ ਬਸ ਇਹ ਲਾੜਪੁਣੇ ਚ ਦਿੱਤੀਆਂ ਗਈਆਂ, ਬੇਸਿਕਲੀ ਇਹ ਹੌਲਦਾਰ ਆ ਤੇ ਆਪਣੇ ਆਪ ਨੂੰ ਇੰਸਪੈਕਟਰ ਦੱਸੀ ਜਾਂਦਾ, ਬਠਿੰਡੇ ਜ਼ਿਲ੍ਹੇ ਦੇ ਨਾਲ ਬਠਿੰਡੇ ਇਲਾਕੇ ਦੇ ਨਾਲ ਤਾਲੁਕ ਰੱਖਦਾ। ਉੱਥੋਂ ਦੇ ਲੋਕਾਂ ਤੋਂ ਜੇ ਪੁੱਛੀਏ ਦੀ ਜਨਮ ਕੁੰਡਲੀ ਤੇ ਉਹ ਦੱਸਦੇ ਆ ਕਿ ਉਸ DGP ਦੇ ਨਾਲ ਰਹਿ ਕੇ ਇਹ ਵੀ ਕਾਫੀ ਕੁਛ ਸਿੱਖ ਗਿਆ, ਗੁਣਾਂ ਦੀ ਗੁਥਲੀ ਬਣ ਗਿਆ ਸੀਗਾ। ਸੋ ਹੁਣ ਖਾਲੀ ਹੋ ਗਿਆ, ਦਿਮਾਗ ਸ਼ਾਇਦ ਟਿਕਾਣੇ ਆ ਜਾਊਗਾ, ਪਰ ਜੋ ਇਹਨੇ ਕੀਤਾ ਉਹ ਇਸੇ ਲਾਇਕ ਸੀਗਾ, ਹਮਦਰਦੀ ਇਹਦੇ ਨਾਲ ਨਹੀਂ ਕੀਤੀ ਜਾ ਸਕਦੀ। ਜਿਸ ਤਰੀਕੇ ਦਾ ਇਹਨੇ ਵਤੀਰਾ ਲੋਕਾਂ ਨੂੰ ਵਿਖਾਇਆ, ਲੋਕ ਜਿਹੜੀ ਗੱਲ ਪਹਿਲਾਂ ਹੀ ਪੁਲਿਸ ਬਾਰੇ ਕਹਿੰਦੇ ਆ ਕਿ ਮਾਤੜ ਡਰਦਾ ਫਰਿਆਦ ਲੈ ਕੇ ਡਰਦਾ ਦਰਖਾਸਤ ਲੈ ਕੇ ਨਹੀਂ ਠਾਣੇ ਜਾਂਦਾ ਕਿ ਅੱਗੋਂ ਮੈਨੂੰ 100 ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪਊਗੀਆਂ, ਉਹ ਗੱਲਾਂ ਸੱਚੀਆਂ ਨੇ, ਇਸ ਚੀਜ਼ ਨੇ ਪ੍ਰਮਾਣਿਤ ਕਰ ਦਿੱਤਾ। ਤਾਂ ਇੱਕ ਬੰਦਾ ਹੋਰ ਵੀ ਪੁਲਿਸ ਮਹਿਕਮੇ ਦੇ ਜਿਹੜੇ ਚੱਜ ਦੇ ਬੰਦੇ ਆ ਉਹਨਾਂ ਦੀ ਵੀ ਡੰਡ ਲਾ ਰਿਹਾ ਸੀ, ਇਹੋ ਜਿਹੇ ਬੰਦੇ ਨੂੰ ਉੱਥੇ ਵਿਭਾਗ 'ਚ ਰੱਖ ਕੇ ਕਰਾਉਣਾ ਕੀ ਆ। ਜੀ ਜੀ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBU ਯੂਨੀਵਰਸਿਟੀ।